ਸ਼ਰਮਾਨ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਹੋਇਆ ਆਖਦੇ ਹਾਂ। ਔਰ ਇਸ ਵੇਲੇ ਮੰਗੀ ਆ ਜਿਹੜਾ ਉਹ ਟੱਕਿਆ ਗਿਆ ਪੁਆਇੰਟ ਮੇਰੇ ਵੀ ਜਾਫੀਆਂ ਦਾ ਚਲੋ ਸ਼ਕੀਨਾ ਚੋਟੀਆਂ ਦਾ ਸੱਚੈਨ ਵੀ ਯਾਰ ਉਹ ਸੱਚੀਆਂ ਗੱਲਾਂ ਕਹਿੰਦਾ ਨਹੀਂ ਲੱਭਣਾ ਹਰਜੀਤ ਗਵਾਚਿਆ ਸੀ ਬਾਜੇ ਖਾਨੇ ਰਹਿੰਦਾ ਕਿ ਮਲਵਈ ਦੇ ਰੇਡਾ ਪਾਉਂਦੇ ਨਾਲੇ ਮਾਝੀ ਜੱਫੇ ਲਾਉਂਦੇ ਕਿ ਚਾਰੋ ਪਾਸੇ ਖੇਡਣ ਦੇਖੋ ਮੁੰਡੇ ਗੁਲਾਬੀਆਂ ਦੇ ਅੱਜ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਅੱਜ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਗੱਲ ਕੀਤੀ ਹੋ ਗਈ ਆ ਕਿ ਗੁੱਟ ਨੂੰ ਫੜ ਕੇ ਮਾਰੇ ਕੈਂਚੀ ਪ੍ਰੇਮ ਚ ਮੇਰਾ ਦਾ ਤੇ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਚੰਦ ਨਵਾਂ ਵਰਸਸ ਵੱਡਾ ਕਰ ਅਗਲਾ ਮੈਚ ਆਓ ਜੀ ਮੈਂ ਦੋ ਵਾਰ ਦਾ ਦੇਖ ਗਿਆ ਵੱਡਾ ਕਰ ਤੇ ਚੰਦ ਨਵਾਂ ਇਹ ਜੈਮਰ ਵਾਲਾ ਇਹ ਜੰਗ ਸਰ ਸਹਾਰ ਆਲਮ ਵਾਲਾ ਤੇ ਵੈਰੋਕੇ ਨਾਲ ਹੀ ਸਾਡਾ ਵੀਰ ਸੁਰਿੰਦਰ ਝੂਠ ਚੱਕ ਵਾਲਾ ਵੀ ਤਿਆਰੀ ਫੜ ਲਵੇ ਅਗਲੇ ਮੁਕਾਬਲਿਆਂ ਦੇ ਲਈ ਸਾਡਾ ਬੜਾ ਪਿਆਰਾ ਮਿੱਤਰ ਆ ਬੜਾ ਵਧੀਆ ਇਨਸਾਨ ਵੀ ਆ ਮੇਰੇ ਵੀਰ ਦੋ ਤਿੰਨ ਵਾਰ ਅਸੀਂ ਮਿਲੇ ਆ ਜਿੰਨਾ ਵਧੀਆ ਕਮੈਂਟੇਟਰ ਆ ਉਨਾ ਹੀ ਵਧੀਆ ਇਨਸਾਨ ਆ ਇਹ ਨੌਜਵਾਨ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸਿੱਧ ਬੁਲਾਰਾ ਬਣੇ ਮਾਖੇ ਕਬੱਡੀ ਦਾ ਔਰ ਇਸ ਵੇਲੇ ਇਹ ਰਸੀ ਖੁਰਦ ਦੀ ਤਰਫੋਂ ਮੇਰੇ ਵੀਰ ਪੈਂਦੀ ਹੋਈ ਕਬੱਡੀ ਇਸ ਨੌਜਵਾਨ ਦੀ ਆ ਕਿ ਚੰਦ ਪੁਰਾਣੇ ਵਾਲਿਆ ਸੌ ਦੀ ਲੋਟ ਦੀ ਕੱਲੀ ਨੂੰ ਹੱਥ ਪੈ ਗਿਆ ਗੁਰਵੀਰ ਮਾਨ ਆਖਦਾ ਵੀ 100 ਰੁਪਈਆ ਹੋਵੇਗਾ ਜੇ ਜੱਫਾ ਲਾਵੇਗਾ ਔਰ 100 ਰੁਪਈਆ ਜਿਹੜਾ ਇਸ ਨੌਜਵਾਨ ਦੇ ਲਈ ਗੁਰਵੀਰ ਮਾਨ ਵੱਲੋਂ ਹੋ ਗਿਆ ਮੇਰੇ ਵੀਰ ਇਹ ਜਾਫੀ ਦੇ ਲਈ ਉਹਦੇ ਪੇਂਡੂ ਨੇ ਜਿਹੜੇ ਕਬੱਡੀ ਖੇਡਦੇ ਨੇ ਸਪਰੇ ਬੇਇੱਜ਼ਤੀ ਕਰ ਦਿਓ ਜੀ ਪਲੇਅਰਾਂ ਵਾਸਤੇ ਚੱਕੀਆਂ ਦੇ ਪੁੜਾ ਨਾਲੋਂ ਚੌੜੀਆਂ ਨੇ ਛਾਤੀਆਂ ਗੂੰਜਦਾ ਮੈਦਾਨ ਜਦੋਂ ਮਾਰਦੇ ਆ ਥਾਪੀਆਂ ਫਿਰ ਪਿਆ ਕੇ ਦਿਖਾਈਏ ਗੱਲਾਂ ਕਰਦੇ ਨਾ ਵੱਡੀਆਂ ਬਈ ਤਾਂ ਜਾ ਕੇ ਖਾੜਿਆਂ ਤੇ ਪਾਉਂਦਿਆਂ ਕਬੱਡੀਆਂ ਕਿ ਸੌਖੀਆਂ ਗਰਾਉਂਦਾ ਚ ਨਹੀਂ ਪੈਂਦੀਆਂ ਕਬੱਡੀਆਂ ਵੱਡਾ ਘਰ ਤੇ ਚਾਂਦਨਾ ਇਹ ਆ ਜੋ ਕਿਹੜਾ ਤਿਆਰ ਹੋ ਕੇ ਬਈ ਆ ਗਈਆਂ ਦੋਨੋਂ ਟੀਮਾਂ ਸ਼ਾਬਾਸ਼ ਨਾਲ ਹੀ ਜੈਮਰ ਵਾਲਾ ਇਹ ਮੇਜ਼ਬਾਨ ਟੀਮ ਤੇ ਜੰਡ ਸਰ ਸਹੌਰ ਦੇਖੋ ਬੜੀ ਦੂਰੋਂ ਦੂਰੋਂ ਟੀਮਾਂ ਪੁੱਜੀਆਂ ਸਹੌਰ ਮੇਰੇ ਪਿੰਡ ਮੇਰੇ ਵੀਰੋ ਬਿਲਕੁਲ ਮਹਿਲ ਕਲਾਂ ਤੋਂ ਜਦੋਂ ਆਪਾਂ ਕਰੋੜ ਛਾਪੇ ਨੂੰ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਪਿੰਡ ਪੈਂਦਾ ਸਹੌਰ ਖਿਆਲੀ ਸਹੌਰ ਕਲਾਲਾ ਇਹ ਪਿੰਡ ਜਿਹੜੇ ਬਿਲਕੁਲ ਨਾਲ ਨਾਲ ਨੇ ਸਹਿਜੜਾ ਸਹੌਰ ਉੱਧਰ ਕਿਉਂਕਿ ਜਾਂਦੇ ਰਹਿੰਦੇ ਆ ਨਾਨਕੇ ਪਿੰਡ ਆ ਕਰੋੜ ਛਾਪਾ ਸੋ ਤਾਂ ਕਰਕੇ ਥੋੜਾ ਪਤਾ ਹੈ ਜੰਡ ਸਰ ਸਹੌਰ ਦੀ ਟੀਮ ਬੜੀ ਦੂਰੋਂ ਪੁੱਜੀ ਆ ਮੁਕਾਬਲਾ ਜਿਹੜਾ ਜੈਮਲ ਵਾਲਾ ਇਹਦੇ ਨਾਲ ਹੋਵੇਗਾ ਚਲੋ ਸ਼ਕੀਨਾ ਮੰਗੀ ਭਾ ਕਬੱਡੀ ਇੱਕ ਬੱਗਿਆਂ ਦਾ ਮੰਗੀ ਬਿੱਟੂ ਹੈ ਦਗਾਲ ਦਾ ਕਿ ਮੰਗਾ ਮਿੱਠਾ ਪੁਰ ਸੁੱਖਾ ਹੈ ਭੰਡਾਰ ਦਾ ਕਿ ਲੈਂਦੇ ਨੇ ਪੁਆਇੰਟ ਯਾਰ ਉਹ ਲੱਖ ਲੱਖ ਦੇ ਕਿ ਐਵੇਂ ਨਹੀਂ ਉਹ ਜਾਗੇ ਉੱਤੇ ਮਿੱਤਰਾਂ ਦਾ ਨਾ ਤੇ ਖੇਡਣਾ ਕਬੱਡੀ ਅਸੀਂ ਸ਼ੌਕ ਰੱਖਦੇ ਐਵੇਂ ਨਹੀਂ ਉਹ ਜਾਗੇ ਉੱਤੇ ਮਿੱਤਰਾਂ ਦਾ ਨਾ ਖੇਡਣਾ ਕਬੱਡੀ ਅਸੀਂ ਸ਼ੌਕ ਰੱਖਦੇ ਕਿ ਲੋਹੇ ਵਰਗੇ ਪੱਟਾਂ ਉੱਤੇ ਮਾਰ ਲਪੋਲੀ ਥਾਪੀ ਇੱਕ ਪਾਸੇ ਨੇ ਧਾਵੀ ਯਾਰੋ ਦੂਜੇ ਪਾਸੇ ਜਾਫੀ ਪੇਚੇ ਪੈ ਗਏ ਨਾਲ ਬਗਾਨੇ ਪਤਾ ਲੱਗ ਜੂ ਵਿੱਚ ਮਦਾਨੇ ਯਾਰ ਖੁਰਾਕਾਂ ਖਾਧੀਆਂ ਦੇ ਅੱਜ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਅੱਜ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ
ਕਿ ਪੁੱਤ ਬਰਾੜਾਂ ਦਾ ਇੱਕ ਮਾਝੇ ਖਾਨੇ ਜੰਮਿਆ ਸੀ, ਪਾਉਂਦਾ ਸੀ ਜਦ ਰੇੜ ਨਾ ਜਾਂਦਾ ਕਿਸੇ ਤੋਂ ਪੁੰਨਿਆ ਸੀ, ਖੇਡ ਕਬੱਡੀ ਵਿੱਚ ਸੀ ਵੱਖਰਾ ਥਾਂ ਹਰਜੀਤ ਦਾ, ਅੱਜ ਵੀ ਦਿਲਾਂ ਚ ਵਸਦਾ ਯਾਰ ਉਹ ਨਾਂ ਹਰਜੀਤ ਦਾ, ਤੇ ਦੇ ਗਿਆ ਭਾਵੇਂ ਵਿਛੋੜਾ ਉਹ ਸਟਾਰ ਕਬੱਡੀ ਦਾ, ਤੇ ਲੰਘਿਆ ਨੀ ਆ ਯੋਧਿਆ ਸੀ ਅਵਤਾਰ ਕਬੱਡੀ ਦਾ, ਉਹ ਲੰਘਿਆ ਨੀ ਆ ਯੋਧਿਆ ਸੀ ਅਵਤਾਰ ਕਬੱਡੀ ਦਾ। ਇੱਧਰ ਕਲੀ ਵਾਲੇ ਹੀਰੇ ਦਾ ਵੀ ਧੰਨਵਾਦ ਹੈ ਮੇਰੇ ਵੀਰੋ, ਜਿਹੜੀ ਕੱਲ੍ਹ ਤੋਂ ਲੈ ਕੇ ਬੜੀ ਵਧੀਆ ਸੇਵਾ ਦਿੱਤੀ ਹੈ। ਇਹਦੇ ਲਈ ਇੱਕ ਸ਼ੇਰ ਅਰਜ ਕਰ ਰਿਹਾ ਕਿ ਇੱਧਰ ਹੀਰਾ ਕਲੀ ਵਾਲਾ ਤੇ ਆਉਂਦਾ ਫਿਰ ਪਾਣੀ, ਉੱਧਰ ਰਿਹਾ ਫਰੀ ਨਾ ਬੈਠਾ ਤੇ ਉਹ ਚੋਪਰਾਂ ਦੀ ਢਾਣੀ, ਲੱਖਾਂ ਦਰਸ਼ਕ ਬੈਠੇ ਨੇ ਸਟੇਡੀਅਮ ਦੇ ਵਿੱਚ, ਤੇ ਕਹਿੰਦੇ ਤਰਸੇਮ ਟਾਸ ਕਰਵਾਉਂਦਾ ਜੀ ਨੇ ਕੁੰਡੀ ਹੈ ਪਸਾਣੀ, ਲੰਘਿਆ ਨੀ ਹੈ ਬੇਅੰਤ ਥੋੜਾ ਨਾਮ ਵੀ ਬਣਾ ਲੈ, ਉਹ ਕੀ ਪਤਾ ਕਿਹੜੇ ਵੇਲੇ ਜਿੰਦ ਮੁੱਕ ਜਾਣੀ, ਲੰਘਿਆ ਨੀ ਹੈ ਬੇਅੰਤ ਥੋੜਾ ਨਾਮ ਵੀ ਬਣਾ ਲੈ, ਕੀ ਪਤਾ ਕਿਹੜੇ ਵੇਲੇ ਜਿੰਦ ਮੁੱਕ। ਚੱਲ ਸ਼ਕੀਨਾ ਵੱਧ ਵੀ ਗੱਭਰੂਆ ਭਾ ਕਬੱਡੀ, ਅੱਗੇ ਤੈਨੂੰ ਤਿੰਨ ਜਾਫੀ ਉਡੀਕਦੇ ਆ ਕਿ ਨਹੀਂ ਖੇਡ ਕਬੱਡੀ ਦੀ ਹੋਰ ਹੋਣੀ, ਦੁੱਲੇ ਜਿਹਾ ਨੀ ਕਿਸੇ ਵਿੱਚ ਜ਼ੋਰ ਹੋਣਾ, ਜਾਫੀ ਬਹੁਤੇ ਨੇ ਭਾਵੇਂ ਸੰਸਾਰ ਉੱਤੇ ਤੇ ਫੌਜੀ ਕੋਰਟ ਜਿਹਾ ਨੀ ਜਾਫੀ ਕੋਈ ਹੋਰ ਹੋਣਾ, ਬੜਾ ਯਾਦ ਹਰਜੀਤ ਬਰਾੜਿਆਂ ਦਾ ਤੇ ਨਹੀਂ ਚਹਿਨਿਆ ਜੀ ਦਾ ਕੋਈ ਤੋੜ ਹੋਣਾ, ਤੇ ਨਹੀਂ ਚਹਿਨਿਆ ਜੀ ਦਾ ਕੋਈ ਤੋੜ ਹੋਣਾ। ਜਿੰਨੇ ਵੀ ਸਾਡੇ ਪਤਵੰਤ ਸੱਜਣ ਚਾਹੇ ਆਸੇ ਪਾਸੇ ਪਿੰਡਾਂ ਦੇ ਆ, ਪੰਚ ਸਰਪੰਚ ਆ, ਚਾਹੇ ਇਸ ਪਿੰਡ ਦੇ ਜੈਮਰ ਵਾਲੇ ਦੇ ਆ, ਜਿਹੜੇ ਖੜੇ ਆ ਸਾਡੇ ਵੀਰ, ਉਹ ਆ ਕੇ ਕੁਰਸੀਆਂ ਤੇ ਬੈਠ ਜਾਣ, ਇੱਧਰ ਕੁਰਸੀਆਂ ਲੱਗੀਆਂ ਨੇ, ਸੋ ਆ ਕੇ ਮੇਰੇ ਵੀਰ ਕੁਰਸੀਆਂ ਤੇ ਬੈਠ ਜਾਓ। ਸਾਡੇ ਕਮੇਟੀ ਵਾਲੇ ਵੀਰਾਂ ਵੱਲੋਂ ਬੇਨਤੀ ਆ, ਜਿੰਨੇ ਵੀ ਪਤਵੰਤ ਸੱਜਣ ਚਾਹੇ ਆਸੇ ਪਾਸੇ ਪਿੰਡਾਂ ਦੇ ਜਿੰਨੇ ਵੀ ਪੰਚ ਸਰਪੰਚ ਪੁੱਜੇ ਹੋਣ, ਉਹ ਵੀ ਸਾਡੇ ਵੀਰ ਆ ਕੇ ਕੁਰਸੀਆਂ ਤੇ ਬਿਰਾਜਮਾਨ ਹੋ ਜਾਣ। ਨਾ ਵੀ ਨਾ ਖਿਡਾਰੀਓ, ਇਹ ਕੋਈ ਅੱਜ ਕੱਲ ਦੇ ਰੈਫਰੀ ਨਹੀਂ ਕਰਦੇ, ਸਾਰੀ ਉਮਰ ਲੰਘ ਗਈ ਇਹਨਾਂ ਦੀ ਇਸ ਕੰਮ ਦੇ ਵਿੱਚ। ਬਾਈ ਜੀ ਉਹਦੀ ਕੋਈ ਦੁਸ਼ਮਣੀ ਨੀ ਤੁਹਾਡੇ ਨਾਲ, ਉਹਨੀ ਆਪਣੀ ਉਮਰ ਨੀ ਜਿੰਨੀ ਉਹਨੂੰ ਰੈਫਰੀ ਕਰਦੇ ਨੂੰ ਹੋ ਗਿਆ ਟਾਈਮ। ਵੱਡਾ ਕਰਕੇ ਚਾਂਦਨਾ ਇਹ ਬਿਲਕੁਲ ਤਿਆਰ ਹੋ, ਸ਼ਾਬਾਸ਼। ਕਲੀ ਵਾਲੇ ਵੀਰ ਨੂੰ ਬੇਨਤੀ, ਹੀਰੇ ਕਲੀ ਪਾ ਜਿੱਥੇ ਲੋੜ ਆ, ਇੱਧਰ ਸੈਂਟਰ ਲਾਈਨ ਤੇ ਪਾ ਕਲੀ ਆ ਕੇ। ਲਿੰਕ ਸਿਸਟਮ ਆ, ਖਿਡਾਰੀ ਵੀਰ ਨੋਟ ਕਰ ਲਓ, ਫਾਸਟ ਆਊਟ ਨਹੀਂ ਹੈਗਾ ਕਿ ਕਬੱਡੀ ਦੀ ਬਾਂਹ ਫੜ ਲਈ, ਜਦ ਤੋਂ ਸਰਕਾਰ ਨੇ ਮੀਡੀਆ ਰਾਹੀਂ ਦੇਖ ਲਈ ਸਾਰੇ ਸੰਸਾਰ ਨੇ ਤੇ ਦਿੱਤਾ ਇਹ ਨਵਾਂ ਮੋੜ, ਵਰਲਡ ਕੱਪ ਨੇ ਮੋੜ ਕਬੱਡੀ ਨੂੰ, ਹੁਣ ਨਾ ਰਹਿ ਗਈ ਕਿਸੇ ਗੱਲ ਦੀ ਥੋੜ ਕਬੱਡੀ ਨੂੰ ਜੁਗ ਜੁਗ ਜੀਣ। ਉਹ ਮੰਤਰੀ ਜਿਹਨਾਂ ਇਹ ਰਸਮਾਂ ਤੋਰੀਆਂ ਨੇ ਤੇ NRI ਰਲਮਿਲ ਇਸ ਨੂੰ ਦਿੰਦੇ ਲੋਰੀਆਂ ਨੇ, ਤੇ ਲੰਘਿਆ ਨੀ ਹੈ ਯੋਧਿਆ ਇਸ ਮਜਾਜਨ ਵੱਡੀ ਦੀ, ਤੇ ਕ੍ਰਿਕਟ ਬਰਾਬਰ ਰਹਿ ਗਈ ਕੁਰਸੀ, ਹੁਣ ਮੈਂ ਖੇਡ ਕਬੱਡੀ ਦੀ। ਚੰਦ ਪੁਰਾਣੇ ਵਾਲਿਆ 100 ਰੁਪਇਆ ਹੋਵੇਗਾ ਜੇ ਜੱਫਾ ਲਾਵੇਗਾ, ਪਰ ਗੱਲ ਨੀ ਬਣੀ, ਗੱਲ ਨੀ ਬਣੀ। ਕਾਹਨੂੰ ਮਾਰਦਾ ਬਸ਼ਰਮਾ ਕਿਹੜੇ, ਵੀ ਤੇਰੀ ਮੇਰੀ ਗੱਲ ਨਾ ਬਣੇ, ਕਾਹਨੂੰ ਮਾਰਦਾ ਬਸ਼ਰਮਾ ਕਿਹੜੇ। ਪੁਆਇੰਟ ਮੇਰੇ ਵੀਰ ਤਾਵੀ ਦਾ, ਲਾਈਨਮੈਨ ਲੱਗ ਜਾਓ ਯਾਰ, ਦੋ ਜਾਣੇ ਆਪਣੇ ਇੱਥੇ ਮੁੰਡੇ ਲੱਗ ਜਾਓ ਕਲੱਬ ਵਾਲੇ, ਕੱਲ ਤੁਸੀਂ ਲੱਗ ਜਾਓ ਯਾਰ। ਤਰਸੇਮ ਦੋ ਲਾਈਨਮੈਨ ਲਾਓ ਜੀ,
ਲਓ ਜੀ ਰਣਸੀ ਗੁਰਜ ਦੇ ਜਿਹੜੇ ਪੁਆਇੰਟ ਆ ਨੋਟ ਕਰੋ, ਅੱਠ ਚੰਦ ਪੁਰਾਣੇ ਦੇ ਪੁਆਇੰਟ ਆ ਜਿਹੜੇ ਸਾਢੇ ਪੰਦਰਾਂ ਲੈ ਲਓ ਵੀਰ ਸਾਹਿਬ ਪਹਿਲਾਂ ਬੇਨਤੀ ਕੀਤੀ ਗਈ ਸੀ ਫੈਸਲਾ ਲਾਹਾ ਰੱਖਣਾ, ਸਾਨੂੰ ਪਤਾ ਨੀ ਲੱਗਿਆ ਜਿੰਨੀ ਦੇਰ ਤੱਕ ਇਹ ਰਾਜ ਕਲੀਅਰ ਨਹੀਂ ਤਾਂ ਉਨੀ ਦੇਰ ਤੱਕ ਇਸ ਨੂੰ ਫੈਸਲਾ ਨਾ ਮੰਨਿਆ ਜਾਵੇ। ਹਾਂ ਮੈਂ ਸ਼ੁਰੂ ਹੋਣ ਜਾ ਰਿਹਾ ਚੰਦਨਾ ਇਹ ਬਸ ਵੱਡਾ ਘਰ ਉਹਦੇ ਨਾਲ ਹੀ ਜੈਮਲ ਵਾਲਾ ਇਹ ਤੇ ਜੰਡ ਸਾਹਿਬ ਸਹੋ ਕਿਰਪਾ ਕਰਕੇ ਦੋਨੋਂ ਟੀਮਾਂ ਕੱਪੜੇ ਉਤਾਰ ਕੇ ਗਰਾਊਂਡ ਦੇ ਨੇੜੇ ਆ ਜਾਣ। ਜੈਮਲ ਵਾਲਾ ਇਹ ਬਸ ਜੰਡ ਸਾਹਿਬ ਸਹੋ ਵੱਡਾ ਘਰ ਤੇ ਚੰਦਨਾਵੇ ਦਾ ਮੈਚ ਸਟਾਰਟ ਹੋ ਜਾ ਰਿਹਾ ਵੱਡਾ ਘਰ ਤੇ ਚੰਦਨਾ ਇਹ ਦੂਜੇ ਨੂੰ ਪੰਦਰਾਂ ਪੰਦਰਾਂ ਕੌਡੀਆਂ ਪੈ ਰੇਟਾਂ ਪੰਦਰਾਂ ਪੰਦਰਾਂ ਹੀ ਉਨੀਆਂ ਵੱਡੇ ਘਰ ਦੀ ਟੀਮ ਹੋ ਗਈ ਆ ਜੀ ਇੱਧਰ ਗੁਰਦੁਆਰੇ ਵਾਲੀ ਸਾਈਡ ਤੇ ਚੰਦ ਨਵੇਂ ਦੀ ਟੀਮ ਹੋ ਗਈ ਆ ਖੇਤਾਂ ਵਾਲੀ ਸਾਈਡ। ਪਹਿਲੀ ਕਬੱਡੀ ਕਿਸ ਖਿਡਾਰੀ ਦੀ ਹੋਵੇਗੀ? ਚੱਲ ਵੀ ਨੌਜਵਾਨਾਂ ਪਾ ਕਬੱਡੀ ਲਓ ਸਾਹਮਣੇ ਸਾਡੇ ਦਰਮਿਆਨ ਨਾਨਕ ਚੰਦ ਵਾਲਾ ਚੰਦ ਨਵੇਂ ਵਾਲਾ ਵੀ ਪੁੱਜਾ ਬਹੁਤ ਬਹੁਤ ਧੰਨਵਾਦ ਹੈ। ਲਓ ਸਾਹਮਣੇ ਚੰਦ ਨਵੇਂ ਦੀ ਧਰਤੀ ਦਾ ਅਸਲੀ ਗੰਭੂ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਫੀ ਵੱਡੇ ਘਰ ਦੇ ਜਿੱਥੋਂ ਦੇ ਵੀਰ ਵਰਗੇ ਮਹਾਨ ਕਬੱਡੀ ਖਿਡਾਰੀਆਂ ਦਾ ਨਜ਼ਰ ਹੈ। ਲਓ ਸਾਹਮਣੇ ਬੋਲਿਆ ਹੋਇਆ ਧਾਵਾ ਕਿ ਫਿਰੇ ਗਿਰਦਾ ਕੇ ਥਾਪੀਆਂ ਤੂੰ ਮਾਰਦਾ ਕਿ ਪਤਾ ਲੱਗ ਜੂ ਤੇਰੇ ਤੇ ਉਲੇ ਹੋਏ ਹਰਾਰ ਦਾ ਵੀ ਜਦੋਂ ਲੱਗੇਗਾ ਕੋਈ ਭੈੜੇ ਪਰਿਵਾਰ ਦਾ ਤੇ ਕਿਤੇ ਮੇਰੀ ਜੀ ਲੱਗਦਾ ਤੇ ਘੋੜੀ ਘੋੜੀਆਂ ਚ ਦੇਖ ਲਈ ਭਜਾ ਕੇ ਤੇ ਘਰੇ ਪਤਾ ਕੀ ਲੱਗਦਾ ਕਿ ਘੋੜੀ ਘੋੜੀਆਂ ਚ ਦੇਖ ਲਈ ਭਜਾ ਕੇ ਤੇ ਘਰੇ ਪਤਾ ਕੀ ਲੱਗਦਾ। ਲਓ ਸਾਹਮਣੇ ਐਸਨੇ ਵੱਡੇ ਕਰੀਆ ਕਾਲੂ ਕਬੱਡੀ ਕਬੱਡੀ ਕਰਦਾ ਹੋਇਆ ਲਓ ਸਾਹਮਣੇ ਕਾਲੂ ਐਸਨੇ ਕਬੱਡੀ ਕਬੱਡੀ ਕਰਦਾ ਹੋਇਆ ਕਿ ਮਾਸਟਰ ਦੇ ਨਾਲ ਨਾਲ ਲੋਕ ਉਹਨੂੰ ਜਾਣਦੇ ਤੇ ਰਸੂਲ ਹੋਈ ਇਹ ਕਾਲੂ ਦਿੱਤਾ ਖੇਡ ਪੂਰੇ ਜਾਗ ਤੋਂ ਨਿਆਰੀ ਹੈ। ਲਓ ਸਾਹਮਣੇ ਵੱਡੇ ਕਰੀਆ ਕਾਲੂ ਐਸਨੇ ਆਂਕੜੇ ਕੇ ਆਪਣੇ ਪੇਕੀ ਬਲਵਾਸ ਫਸਦਾ ਹੋਇਆ ਚੱਲ ਵੀ ਨੌਜਵਾਨ ਆ ਪਾ ਕਬੱਡੀ। ਲਓ ਸਾਹਮਣੇ ਐਸਨੇ ਚੰਦ ਨਵੇਂ ਵਾਲਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਕਿ ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ ਕਿ ਸ਼ੇਰ ਨਹੀਂ ਕਰ ਸਕਦੀ ਹੈ ਸ਼ੇਰ ਪੈਦਾ ਜਿਹੜੀ ਜ਼ਮੀਨ ਦੇ ਵਿੱਚ ਹੋਵੇ ਗਿੱਲ ਪੂਰੀ ਹੁੰਦੀ ਉਹਦੇ ਵਿੱਚ ਫਸਲਾ ਢੇਰ ਪੈਦਾ ਜਿਹੜੇ ਮਾਪਿਆਂ ਨੇ ਕੀਤੀ ਉਹਨੂੰ ਤਪਸ਼ਿਆ ਉਹਨਾਂ ਦੇ ਘਰ ਹੁੰਦਾ ਏ ਪੁੱਤ ਪੁੱਲੇ ਪੈਦਾ। ਲਓ ਸਾਹਮਣੇ ਇਸ ਸਮੇਂ ਚੰਦ ਨਵੇਂ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਲਓ ਸਾਹਮਣੇ ਗੋਰਾ ਇਸ ਸਮੇਂ ਵੱਡੇ ਕਰੀਆ ਕਬੱਡੀ ਕਬੱਡੀ ਕਰਦਾ ਹੋਇਆ ਦੌਲੇ ਤੇ ਸੁੱਖਾਂ ਦੇ ਤਵੀਤ ਬੰਨੇ ਹੋਏ ਨੇ ਚਾਰ ਜਾਫੀ ਚੰਦ ਨਵੇਂ ਦੀ ਧਰਤੀ ਦੇ ਨੇ। ਲਓ ਸਾਹਮਣੇ ਬੋਲਿਆ ਹੋਇਆ ਭਰਾਵਾ ਸੀ ਪੁੱਤ ਬਰਾੜਾ ਦਾ ਜਿਹਦਾ ਪਿੰਡ ਸੀ ਬਾਜਾ ਖਾਨਾ ਅੱਖੀਆਂ ਤੋਂ ਦੂਰ ਗਿਆ ਕਿ ਬੰਨ ਕੇ ਲਾਰੀ ਮੌਤ ਦਾ ਗਾਨਾ ਉਹਦੇ ਇੱਕ ਇੱਕ ਨਖਰੇ ਤੇ ਜੱਟ ਲੁੱਡੀਆਂ ਪਾਉਂਦਾ ਸੀ ਕਿ ਮੋਰ ਵੀ ਸ਼ਰਮਾ ਜਾਂਦੇ ਜਦੋਂ ਜੱਟ ਪਹਿਲਾਂ ਪਾਉਂਦਾ ਸੀ ਤੇ ਪੁਆਇੰਟ ਇਸ ਸਮੇਂ ਚੰਦ ਨਵੇਂ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਕਬੱਡੀ। ਲਓ ਸਾਹਮਣੇ ਚੰਦ ਨਵੇਂ ਦੀ ਧਰਤੀ ਦਾ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਅਗਲੀਆਂ ਟੀਮਾਂ ਜੈਮਲਵਾ ਏ ਤੇ ਜੰਡ ਸਰ ਉਹ ਵੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ ਚੱਲ ਵੀ ਕਾਲੂ ਲਓ ਸਾਹਮਣੇ ਇੱਧਰ ਸੂਲਪੁਰੀ ਕਾਲੂ ਨੂੰ ਪੂਰੀ ਦੁਨੀਆ ਜਾਣਦੀ ਹੈ। ਲਓ ਸਾਹਮਣੇ ਵੱਡੇ ਕਰੀਆ ਕਾਲੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਚਾਪੀ ਚੰਦ ਨਵੇਂ ਦੀ ਧਰਤੀ ਦੇ ਨੇ ਹੈ ਕੋਈ ਸ਼ੀਣੀ ਮਾਂ ਦਾ ਸ਼ੇਰ ਪੁੱਤ ਤੇ
ਪੁਲਟ ਐਸ ਨੇ ਵੱਡੇ ਕਰੀਏ ਕਾਲੂ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਗੱਲੀ ਲਓ ਸਾਹਮਣੇ ਐਸ ਨੇ ਕਿ ਗੱਭਰੂ ਦੇਸ਼ ਮੇ ਰਹਿੰਦੇ ਸੋਹਣੇ ਚੌੜੀਆਂ ਹਿੱਕਾਂ ਤੇ ਮਨਵਾਉਣੇ ਜਦ ਆਉਂਦੇ ਵਿੱਚ ਮੈਦਾਨਾਂ ਦੇ ਇਹ ਵੇਖਣ ਵਾਲੇ ਹੁੰਦੇ ਦੋਸਤੋ ਚੌਰ ਜਵਾਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਬਖਤੌਰ ਸਿੰਘ ਜੀ ਜਿਹਨਾਂ ਦੀ ਬਦੌਲਤ ਅੱਜ ਬਾਸ ਨੂੰ ਵੀ ਉੱਥੇ ਮੌਕਾ ਮਿਲਿਆ ਬੋਲਣ ਦਾ ਸਰਦਾਰ ਸੂਬਾ ਸਿੰਘ ਜੀ ਸਰਪੰਚ ਸਾਹਿਬ ਲਓ ਸਾਹਮਣੇ ਚਾਂਦਨਾ ਨੇ ਵਾਲਾ ਗੁਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਦੇਖੋ ਕੀ ਬਣਦਾ ਕੀ ਜੁੜਦਾ ਕਿ ਡੰਗੇ ਕਿੱਲਿਆਂ ਤੇ ਕਦੇ ਨਹੀਂ ਕੰਮ ਦਿੰਦੇ ਹਲ ਬਸਰੀ ਤੇ ਚੋਰ ਤੈਨੂੰ ਰਾਤਾਂ ਨੂੰ ਰਹਿਣ ਸਦਾ ਤੁਰ ਕੇ ਖੁਸ਼ ਉੱਲੂ ਚਮਚ ਡਿੱਗ ਤੇ ਚੋਰ ਤੈਨੂੰ ਤੂੜ ਚੱਕ ਵਾਲਿਆ ਕਦੇ ਨਾ ਗੁਜੇ ਰਹਿੰਦੇ ਇਸ਼ਕ ਮੁਸ਼ਕਲੇ ਹਿੱਕਦਾ ਚੋਰ ਤੈਨੂੰ ਚੱਲ ਵੀ ਨੌਜਵਾਨਾਂ ਪਾ ਕਬੱਡੀ ਅਗਲੀਆਂ ਟੀਮਾਂ ਜਾਣਾ ਵਾ ਇਹ ਤੇ ਜੰਗ ਸਰ ਸਹੌਰ ਦੀਆਂ ਟੀਮਾਂ ਵੀ ਜਲਦੀ ਤੋਂ ਜਲਦੀ ਗਾਉਣ ਬਚਾਉਣ ਕਿਸੇ ਵੀ ਟੀਮ ਦਾ ਕੋਈ ਵੀ ਇੰਤਜ਼ਾਰ ਨਹੀਂ ਹੋਵੇਗਾ ਟੀਮਾਂ ਨੋਟ ਕਰ ਲੈਣਾ ਲਓ ਸਾਹਮਣੇ ਡਬਲ ਟੱਚ ਦਾ ਲਾਹਾ ਤੇ ਪੁਆਇੰਟ ਐਸ ਨੇ ਵੱਡੇ ਕਰਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਆਲਾ ਵਾਲਾ ਦੇ ਵੈਰੋ ਕੇ ਘੋਲੀਆ ਕਾਂ ਦੇ ਡੋਲੀ ਭਾਈ ਆਲਮ ਵਾਲਾ ਤੇ ਵੈਰੋ ਕੇ ਘੋੜੀਆ ਤੇ ਡੋਲੀ ਭਾਈ ਦੀਆਂ ਟੀਮਾਂ ਵੀ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ ਲਓ ਸਾਹਮਣੇ ਚੱਲਦਾ ਹੋਇਆ ਮੈਚ ਹੈ ਤੇ ਪੁਆਇੰਟ ਐਸ ਨੇ ਚੰਦ ਨਵੇਂ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਚੱਲ ਵੀ ਕਾਲੂ ਪਾ ਕਬੱਡੀ ਲਓ ਸਾਹਮਣੇ ਸਿਫਤ ਬਰਾੜਾ ਦਾ ਜਿਹਦਾ ਪਿੰਡ ਸੀ ਬਾਜਾ ਖਾਨਾ ਅੱਖੀਆਂ ਤੋਂ ਦੂਰ ਗਿਆ ਕਿ ਬੰਨ ਕੇ ਲਾੜੀ ਮੌਤ ਦਾ ਗਾਨਾ ਉਹਦੇ ਇੱਕ ਇੱਕ ਨਖਰੇ ਤੇ ਜੱਟ ਲੁੱਟੀਆਂ ਪਾਉਂਦਾ ਸੀ ਕਿ ਮੋਰ ਵੀ ਸ਼ਰਮਾ ਜਾਂਦੇ ਜਦੋਂ ਜੱਟ ਪਹਿਲਾਂ ਪਾਉਂਦਾ ਸੀ ਵੀ ਮੋਰ ਵੀ ਸ਼ਰਮਾ ਜਾਂਦੇ ਜਦੋਂ ਜੱਟ ਪਹਿਲਾਂ ਪਾਉਂਦਾ ਸੀ ਤੇ ਪੁਆਇੰਟ ਐਸ ਨੇ ਚੰਦ ਨਵੇਂ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਚੱਲ ਵੀ ਚੰਦ ਨਵੇਂ ਵਾਲਾ ਕਰੂਗਾ ਪਾ ਕਬੱਡੀ ਲਓ ਸਾਹਮਣੇ ਠੰਡੇ ਠਾਰ ਪਾਣੀ ਦਾ ਘੁੱਟ ਪੀਤਾ ਕਿ ਫੁੱਲ ਸੁੱਕ ਗਏ ਦੰਦਾਸੀਆਂ ਵਾਲੇ ਵੇ ਸ਼ਰਬਤ ਪਿਆਰੇ ਮਿੱਤਰਾ ਜਦ ਸ੍ਰੀ ਸਿੰਘ ਜੀ ਸਰਪੰਚ ਚਾਂਦਰਾਵੇ ਵਾਲੇ ਜਿਹੜੇ ਚਾਂਦਰਾਵੇ ਵਾਲੇ ਉਹਨੇ ਜਾਫੀ ਜਫੜਿਆ ਉਸਨੂੰ ਸਪੈਸ਼ਲ 100 ਰੁਪਏ ਦਾ ਮਾਨ ਦੇਣ ਲਈ ਬਹੁਤ ਬਹੁਤ ਧੰਨਵਾਦ ਜੱਸੀ ਕਬੱਡੀ ਖਿਡਾਰੀ ਵੱਲੋਂ ਵੀ ਜਿਹੜਾ ਜਫੇ ਰੇਟ ਜਾਫੀ ਜਫਾ ਲਾਇਆ ਉਹਨੂੰ 100 ਰੁਪਏ ਇਨਾਮ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚੱਲ ਵੀ ਨੌਜਵਾਨਾਂ ਪਾ ਕਬੱਡੀ ਲਓ ਸਾਹਮਣੇ ਗੋਰਾ ਇਸ ਸਮੇਂ ਵੱਡੇ ਕਰੀਆ ਕਬੱਡੀ ਕਬੱਡੀ ਕਰਦਾ ਹੋਇਆ ਚਮਕੌਰ ਸਿੰਘ ਜੀ ਗ੍ਰਾਂਥੀ ਸਾਹਿਬ ਜੈਮਨ ਵਾਲ ਵੱਲੋਂ ਚਾਂਦਰਾਵੇ ਦੀ ਸਮੁੱਚੀ ਟੀਮ ਨੇ 100 ਰੁਪਇਆ ਜਿਹਨਾਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲਓ ਸਾਹਮਣੇ ਗੋਰਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਦੇਖੋ ਕੀ ਬਣਦਾ ਕੀ ਜੁੜਦਾ ਤੇ ਹਲਕਾ ਜਿਹਾ ਟੈਕ ਲਓ ਸਾਹਮਣੇ ਸਮਾਂ ਦੱਸੇਗਾ ਕਿ ਪੁਆਇੰਟ ਕਿਸ ਟੀਮ ਦੇ ਖਾਤੇ ਵੀ ਜੁੜੇਗਾ ਤੇ ਪੁਆਇੰਟ ਇਸ ਸਮੇਂ ਵੱਡੇ ਕਰਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਕਬੱਡੀ ਲਓ ਸਾਹਮਣੇ ਇਸ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਲਓ ਸਾਹਮਣੇ ਚਾਂਦਰਾਵੇ ਦੀ ਧਰਤੀ ਦਾ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਕਿ ਘੁੰਮ ਕੇ ਮੈਂ ਦੁਨੀਆ ਸਾਰੀ ਵੇਖ ਲਈ ਕਿ ਰੋਟੀ ਮਿਲੀ ਨਾ ਪੰਜਾਬ ਦੇ ਤੰਦੂਰ ਵਰਗੀ ਕਿ ਲੱਕ ਮਾਰਨੀਆਂ ਜੁੱਤੀਆਂ ਤਾਂ ਬੜੇ ਬਣਦੇ ਵੇਖੇ ਵੀ ਜੁੱਤੀ ਮਿਲੀ ਨਾ ਕਿਤੋਂ ਕਸੂਰ ਵਰਗੀ ਵੀ ਖੇਡ ਪ੍ਰਮੁੱਖ ਦੇ ਤਬੜੇ ਵੇਖੇ ਕਿ ਗੱਲ ਬਣਦੀ ਨੀ ਜਲੰਧਰ ਸਿੰਘ ਸਿੱਧੂ ਤੇ ਮੇਜਰ ਭਲੂਰ ਵਰਗੀ ਕਿ ਲੰਗੀ ਆਣੀਆਂ ਬੇਅੰਤ ਤੂੰ ਵੀ ਲਿਖਦਾ ਹੋਵੇਗਾ ਕਿ ਕਲਮ ਲੱਭਣੀ ਨੀ ਰਾਜੂ ਦੱਦਾ ਹੁਣ ਵਰਗੀ ਕਿ ਕਲਮ ਲੱਭਣੀ ਨੀ ਰਾਜੂ ਦੱਦਾ ਹੁਣ ਵਰਗੀ ਲਓ ਸਾਹਮਣੇ ਪੁਆਇੰਟ ਦਾ ਸਮੇਂ ਵੱਡੇ ਕਰਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਕਬੱਡੀ ਅਗਲੀਆਂ ਟੀਮਾਂ ਵੀ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ ਜੈਮਾਵਾ ਤੇ ਜੰਗ ਸਰ ਸਹੌਰ ਦੀ ਟੀਮ ਵੀ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਵੇ ਲਓ ਸਾਹਮਣੇ ਚਾਂਦਰਾਵੇ ਵਾਲਾ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਦੇਖੋ ਕੀ ਬਣਦਾ ਕੀ ਜੁੜਦਾ ਲਓ ਸਾਹਮਣੇ ਇਸ ਸਮੇਂ ਵੀ ਮੇਰਾ ਮੀਨੀ ਬੁੱਕ
ਟੁੱਟ ਗਈ ਕਿ ਲੋਕੀ ਕਹਿਣਗੇ ਮਲੰਗ ਨਾਲ ਯਾਰੀ ਤੇ ਪੁਆਇੰਟ ਚੰਦਨਵੇਂ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਕਿ ਬੜੀ ਦੂਰੋਂ ਦੂਰੋਂ ਆਏ ਕਿ ਬੜੀ ਦੂਰੋਂ ਦੂਰੋਂ ਆਏ ਬੈਠੇ ਢੁੱਖੇ ਤੇ ਧਿਆਏ ਕਿਸੇ ਗੱਲੋਂ ਨਾ ਇਹਨਾਂ ਦੇ ਵਿੱਚ ਘਾਟ ਰੜ ਕੇ ਅੱਜ ਬੋਲਦਾ ਕਬੱਡੀ ਦਾ ਜਨੂਨ ਇਹਨਾਂ ਦਰਸ਼ਕਾਂ ਦੇ ਸਿਰ ਚੜ ਕੇ ਅੱਜ ਬੋਲਦਾ ਕਬੱਡੀ ਦਾ ਜਨੂਨ ਇਹ ਦਰਸ਼ਕਾਂ ਦੇ ਸਿਰ ਚੜ ਕੇ ਲੋ ਪੁਆਇੰਟ ਇਸ ਨੇ ਵੱਡੇ ਕਰਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਕਬੱਡੀ ਕੱਲ ਨੂੰ ਕਬੱਡੀ ਕੋਚ ਮਨਜਿੰਦਰ ਸਿੰਘ ਜੀ ਸੀਤੇ ਦਾ ਕੱਲ ਨੂੰ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾਵੇਗਾ ਵੱਲੋਂ ਬਾਬਾ ਸ਼ੰਕਰ ਸਿੰਘ ਜੀ ਬਾਬਾ ਚਮਕੌਰ ਸਿੰਘ ਜੀ ਮੁੱਖ ਸੇਵਾਦਾਰ ਗੁਰੂ ਸਾਹਿਬ ਅਤੇ ਸਮੂਹ ਕਬੱਡੀ ਖਿਡਾਰੀਆਂ ਵੱਲੋਂ ਕੱਲ ਨੂੰ ਮਨਜਿੰਦਰ ਸਿੰਘ ਜੀ ਸੀਤਾ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਵੇਗਾ ਲਓ ਸਾਹਮਣੇ ਗੋਰਾ ਅਸਮ ਨੇ ਕਬੱਡੀ ਕਬੱਡੀ ਕਰਦਾ ਹੋਇਆ ਦੇਖੋ ਕੀ ਬਣਦਾ ਕਿ ਖੇਡਣੀ ਹੋਵੇ ਕਬੱਡੀ ਮਿੱਤਰੋ ਤੇ ਦੁੱਧ ਡਾਰੀ ਨਹੀਂ ਪਾਈਦਾ ਤੇ ਪੋ ਮਾਰਦੀਆਂ ਰਾਤਾਂ ਦੇ ਵਿੱਚ ਛੱਡਣਾ ਪੈਂਦਾ ਨਿਗਰ ਜਾਈਦਾ ਤੇ ਜੇਠ ਹਾਰ ਦੀ ਸਹਿਣੀ ਪੈਂਦੀ ਹੈ ਧੁੱਪ ਦੀ ਮਾਰ ਮਿੱਤਰੋ ਇੰਨਾ ਸੌਖਾ ਨਹੀਂ ਹੁੰਦਾ ਬਣਨਾ ਇਹ ਕਬੱਡੀ ਦਾ ਸਟਾਰ ਮਿੱਤਰੋ ਲਓ ਸਾਹਮਣੇ ਚੰਦਲਾਵੇ ਵਾਲਾ ਗੁਰੂ ਆਸਮ ਨੇ ਕਬੱਡੀ ਕਬੱਡੀ ਕਰਦਾ ਹੋਇਆ ਕਿ ਕਈਆਂ ਨੇ ਖੇਡੀ ਕਈਆਂ ਖੇਡ ਖੇਡ ਛੱਡੀ ਵੀ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਤੇ ਜੋਰ ਤੇ ਜਵਾਨੀ ਵਾਲੀ ਇਹੋ ਯਾਰੋ ਖੇਡ ਕਿ ਇਹਦੇ ਵਿੱਚ ਹੁੰਦੇ ਹਨ ਸਾਨਾ ਵਾਲੇ ਭੇਡ ਕੱਲ ਇਸ ਧਰਤੀ ਤੇ ਕਬੱਡੀ ਓਪਨ ਦੇ ਵਿੱਚ ਸਾਨਾ ਦੇ ਭੇਡ ਦੇਖਣ ਨੂੰ ਮਿਲਣਗੇ ਲਓ ਸਾਹਮਣੇ ਆਸਮ ਨੇ ਗੱਭਰੂ ਵੱਡੇ ਕਰੀਆ ਕਬੱਡੀ ਕਬੱਡੀ ਕਰਦਾ ਹੋਇਆ ਕਿ ਨੱਚਣਾ ਹੋਵੇ ਤਾਂ ਤੋਂ ਲੋੜ ਜ਼ਰੂਰੀ ਹੈ ਕਿ ਮਰਿਆ ਹੋਵੇ ਦੁਸ਼ਮਣ ਤਾਂ ਵੀ ਸੋਗ ਜ਼ਰੂਰੀ ਹੈ ਜਿਹੜਾ ਪਿੱਛੇ ਮੈਚ ਹੋਇਆ ਰਣਸੀ ਖੁਰ ਤੇ ਚੰਦ ਪੁਰਾਣੇ ਦਾ ਉਸ ਮੈਚ ਦੇ ਵਿੱਚੋਂ ਰਣਸੀ ਖੁਰ ਦੀ ਟੀਮ ਜੇਤੂ ਹੈ ਸਾਡੀ ਕਮੇਟੀ ਦਾ ਫੈਸਲਾ ਹੈ ਤੇ ਚੰਦ ਪੁਰਾਣੇ ਦੀ ਟੀਮ ਸਕ੍ਰੈਚ ਕਰ ਦਿੱਤੀ ਗਈ ਹੈ ਤੇ ਟੀਮਾਂ ਨੋਟ ਕਰ ਲਓ ਰਣਸੀ ਖੁਰ ਦੀ ਟੀਮ ਜੇਤੂ ਹੈ ਜੀ ਨੋਟ ਕਰ ਲਓ ਲਓ ਸਾਹਮਣੇ ਗੋੜਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਕਿ ਜਿੰਨਾਂ ਦੇ ਵਿੱਚ ਜਾ ਜਾ ਮੁੰਡੇ ਮਸਲ ਪਾਉਂਦੇ ਨੇ ਕਿ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਧੁੰਮਾਂ ਪਾਉਂਦੇ ਨੇ ਕਿ ਚਾਰ ਚਪੇਰੇ ਕਰਦੇ ਵੇਖੇ ਕੀ ਕਮਾਲ ਮੈਂ ਤੇ ਵਿੱਚ ਸਟਾਰਾ ਨਾ ਆਉਂਦਾ ਏ ਮਿਹਨਤ ਨਾਲ ਬਈ ਲਓ ਸਾਹਮਣੇ ਚੱਲ ਵੀ ਨੌਜਵਾਨਾਂ ਪਾ ਕਬੱਡੀ ਲਓ ਸਾਹਮਣੇ ਚੰਦ ਪੁਰਾਣੇ ਵਾਲੇ ਚੰਦ ਨਵੇਂ ਵਾਲਾ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਤਿੰਨ ਜਾਫੀ ਨੇ ਇਸ ਸਮੇਂ ਵੱਡੇ ਕਰੀਏ ਜਿੱਥੋਂ ਤੋਂ ਵੀਰ ਵਰਗ
ਹੋਇਆ ਕਿ ਪੱਟ ਵੇਖ ਕੇ ਮਾਂ ਨੂੰ ਪੁੱਤੇ ਆਖੇ ਕਿ ਮਾਂ ਲੋਕ ਪਹਿਲਵਾਨ ਮੈਨੂੰ ਕਹਿੰਦੇ ਕਿ ਪੱਟ ਵਿੱਚ ਮੈਦਾਨ ਦੇ ਉਹ ਲੱਗਦਾ ਵਿੱਚ ਬਗਾਨੇ ਪੁੱਤਾਂ ਨਾਲ ਜਦੋਂ ਪੈਂਦੇ ਉਹ ਸਾਹਮਣੇ ਇਸ ਸਮੇਂ ਮੇਰੇ ਮੇਰੀ ਹੁੰਦੇ ਹੋਏ ਤੇ ਮੁਕਾਬਲਾ ਬਿਲਕੁਲ ਸਖਤ ਹੈ ਸਮੇਂ ਦੀਆਂ ਕੜੀਆਂ ਵੀ ਟਿੱਕ ਟਿੱਕ ਚੱਲਦੀਆਂ ਨੇ ਉਹ ਸਾਹਮਣੇ ਚੱਲਦਾ ਹੋਇਆ ਮੈਚ ਜੈ ਮਾਵਲਾ ਏ ਤੇ ਚੰਦ ਸਰ ਸਹੌਰ ਆਲਮ ਵਾਲਾ ਨੇ ਖੜਨਾ ਡਰੋ ਕਦੇ ਨਾਲ ਢੋਲੀਆ ਤੇ ਢੋਲੀ ਭਾਈ ਦੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਉਂਡ ਵਿੱਚ ਆਉਣ ਕਿਸੇ ਵੀ ਟੀਮ ਦਾ ਕੋਈ ਵੀ ਇੰਤਜ਼ਾਰ ਨਹੀਂ ਹੋਏਗਾ ਟੀਮਾਂ ਨੋਟ ਕਰਨਾ ਜਦ ਵੀ ਨੌਜਵਾਨਾਂ ਪਾਕ ਵੱਡੇ ਲਓ ਸਾਹਮਣੇ ਆ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਕੀ ਬਾਤ ਖੁੰਡਾ ਤੇ ਲੈਣਾ ਹੈ ਕਿ ਮਾਰੀ ਆਪ ਗੱਪਾਂ ਦੀ ਕਿ ਮੁੰਡੇ ਡੰਡ ਬੈਠ ਕੇ ਲਾ ਲਓ ਵੀ ਕਬੱਡੀ ਹੋ ਗਈ ਲੱਖਾਂ ਦੀ ਕਿ ਮੁੰਡੇ ਡੰਡ ਬੈਠ ਕੇ ਲਾ ਲਓ ਕਬੱਡੀ ਹੋ ਗਈ ਲੱਖਾਂ ਦੀ ਇੱਕ ਦੋ ਤੇ ਤਿੰਨ ਮਾਰਚ ਕੋਸਾ ਕੋਲਾ ਦੇ ਖੇਡ ਕਬੱਡੀ ਦੀਆਂ ਰੇਟਾਂ ਨੇ ਤੇ 8 ਤਰੀਕ ਹੋਵੇਗੀ ਕੰਬਰੀਆਂ ਦੇ ਖੇਡ ਕਬੱਡੀ ਕੱਪ ਦੀ ਬੜੀ ਪਿਆਰੀ ਸਾਊਂਡ ਹੈ ਅਗਲੇ ਮੈਚ ਦੀਆਂ 10-10 ਕਬੱਡੀਆਂ ਹੋਣਗੀਆਂ ਰੈਫਰੀ ਵੀ ਨੋਟ ਕਰ ਲਓ ਲਓ ਸਾਹਮਣੇ ਚਾਂਦਨਾ ਨੇ ਬੜਾ ਇਸ ਸਮੇਂ ਗੱਭਰੂ ਕਿ ਉੱਚਾ ਲੰਮਾ ਗੱਭਰੂ ਤੇ ਉੱਚੀ ਉਹਦੀ ਹੇਕ ਤੇ ਫੜੀ ਵੀ ਭਾਬੀ ਪੂਣੀਆਂ ਨੇ ਮੁੰਡਾ ਆਵਾ ਦੇਖ ਲਓ ਸਾਹਮਣੇ ਚਾਂਦਨਾ ਨੇ ਬੜਾ ਗੱਭਰੂ ਉਹ ਸਿੰਘ ਜੀ ਕਿੰਗ ਕਿ ਬਾਜਾ ਵਾਲੇ ਗੁਰੂ ਦੀ ਮੈਂ ਸਿਫਤ ਕਰਾਂ ਕਿਹੜੀ ਕਿ ਕੀਤੀ ਕੁਰਬਾਨੀ ਵੀ ਮਿਸਾਲ ਬਾਜਾ ਵਾਲੇ ਨੇ ਕਿ ਬੁਝੇ ਹੋਏ ਚਿਹਰਿਆਂ ਤੇ ਰੌਣਕ ਭਰਤ ਆਈ ਕਿ ਪੰਥ ਐਸਾ ਸਾਜਿਆ ਕਮਾਲ ਬਾਜਾ ਵਾਲੇ ਨੇ ਲਓ ਸਾਹਮਣੇ ਵੱਡੇ ਕਰੀਆ ਕਾਲੂ ਆ ਸਮੇਂ ਕਬੱਡੀ 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 ਕਰਦਾ ਹੋਇਆ ਲਓ ਸਾਹਮਣੇ ਬੋਲਿਆ ਹੋਇਆ ਤਾਵਾ ਦੇਖੋ ਭਰੀ ਹੈ ਕੁਛ ਕਿ ਆ ਸਮੇਂ ਪੁਆਇੰਟ ਦੇਖੋ ਕਿਹੜੀ ਟੀਮ ਦੇ ਖਾਤੇ ਵਿੱਚ ਜੁੜੇਗਾ ਲਓ ਸਾਹਮਣੇ ਸਾਡੇ ਆ ਸਮੇਂ ਬੋਲਿਆ ਹੋਇਆ ਤਾਵਾ ਇਸ ਨੌਜਵਾਨ ਦਾ ਕਿ ਸਮੇਂ ਦੀਆਂ ਘੜੀਆਂ ਵੀ ਟਿਕ ਟਿਕ ਕਰਦੀਆਂ ਨੇ ਤੇ ਪੁਆਇੰਟ ਇਸ ਸਮੇਂ ਚੰਦ ਨਵੇਂ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਵੀ ਨੌਜਵਾਨ ਦਾ ਪਾ ਕਬੱਡੀ ਅਗਲੀਆਂ ਟੀਮਾਂ ਜੈਮਲਵਾ ਏ ਤੇ ਜੰਡ ਸਰ ਸਹੌਰ ਆਲਮ ਵਾਲਾ ਤੇ ਵੈਰੋ ਕੇ ਘੋਲੀਆ ਤੇ ਢੋਲੀ ਭਾਈ ਹਾਕਮ ਸਿੰਘ ਵਾਲਾ ਤੇ ਮੱਝੋ ਕੇ ਕਾਲਕਲਾ ਏ ਤੇ ਰੋਟੇ ਖੁਖਰਾਣਾ ਤੇ ਧੱਲੇ ਕੇ ਸਮਾਸਰ ਤੇ ਧੰਨਾ ਸ਼ੀਰ ਵੀ ਤਲਵੰਡੀ ਬਘੇਰੀਆਂ ਬਾਈ ਚਾਹ ਲਓ ਸਾਹਮਣੇ ਇਸ ਸਮੇਂ ਚੰਦ ਨਵੇਂ ਵਾਲਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਤਿੰਨ ਜਾਪੀ ਇਸ ਸਮੇਂ ਵੱਡੇ ਕਰੀਏ ਨੇ ਤੇ ਸਾਹਮਣੇ ਪੁਆਇੰਟ ਇਸ ਸਮੇਂ ਵੱਡੇ ਘੜੀਆਂ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਕਿਹੜੀ ਟੀਮ ਜਿੱਤੀ ਹੈ ਜੀ ਵੱਡੇ ਘਰ ਦੀ ਟੀਮ ਜੇਤੂ ਆ ਜੀ ਨੋਟ ਕਰ ਲਓ ਵੱਡੇ ਘਰ ਦੇ ਪੁਆਇੰਟ ਨੇ 15.5 ਤੇ ਚੰਦਨਾਵਾ 12 ਵੱਡੇ ਘਰ ਦੀ ਟੀਮ ਜੇਤੂ ਜੀ ਤਾੜੀਆਂ ਮਾਰ ਲਓ ਦੱਸੋ ਇੱਕ ਵਾਰੀ ਚੰਦਨਾਵੇ ਵਾਲੇ ਵਿੱਚੋਂ ਆਪਣਾ ਮਾਨ ਸਨਮਾਨ ਲੈ ਜਾਣ ਚੰਦਨਾਵੇ ਦੇ ਖਿਡਾਰੀ ਆਓ ਜੀ ਜਾਮਰਵਾ ਕੇ ਤੇ ਜੰਡ ਸਰ ਸਹੌਰ ਆਲਮ ਵਾਲਾ ਤੇ ਬੈਰੋ ਕੇ ਜੈਮਲਵਾਲ ਦੀ ਟੀਮ ਚੰਦ ਨਵੇਂ ਦੀ ਟੀਮ ਆਪਣਾ ਮਾਨ ਸਨਮਾਨ ਲੈ ਜਾਓ ਚੰਦ ਨਵੇਂ ਦੀ ਟੀਮ ਰੈਫਰੀ ਸਾਹਿਬਾਨ ਜੀ 10:30-11 ਦੇ ਜਿਹੜਾ ਹਾਲ ਹੋਈ ਇਹਨਾਂ ਮੈਚਾਂ ਦੀ ਆਓ ਜੀ ਜੈਮਲਵਾ ਏ ਤੇ ਜੰਡ ਸਰ ਦਾ ਮੈਚ ਸਟਾਰਟ ਹੋ ਜਾ ਰਿਹਾ ਹੈ ਬੱਚਿਆਂ ਨੂੰ ਬੇਨਤੀ ਜਿਹੜੇ ਕੁੱਕ ਦੇ ਚੜੇ ਫਿਰਦੇ ਆ ਕਿ ਪਲੀਜ਼ ਥੱਲੇ ਆ ਜਾਓ ਬੱਚਿਆਂ ਨੂੰ ਬੇਨਤੀ ਹੈ ਜੈਮਲਵਾ ਏ ਜੈਮਲਵਾ ਦੇ ਖਿਡਾਰੀਓ ਨੋਟ ਕਰ ਲਓ ਜਿੰਨੇ ਵੀ ਜੈਮਲਵਾ ਦੇ ਖਿਡਾਰੀ ਜਾਤੇ ਜਾਣਗੇ ਸਰਦਾਰ ਸੂਬਾ ਸਿੰਘ ਜੀ ਸਰਪੰਚ ਸਾਹਿਬ ਕਹਿੰਦੇ ਨੇ ਕਿ ਉਹਨੇ ਹੀ 100 ਦੇ ਨੋਟ ਉੱਤੇ ਜਾਣਗੇ ਜੰਡ ਸਰ ਦੀ ਟੀਮ ਹੈ ਜੰਡ ਸਰ ਸਹੌਰ ਅਗਲੀਆਂ ਟੀਮਾਂ ਵੀ ਆਲਮ
ਤੁਹਾਡੀ ਕਿਸ ਖਿਡਾਰੀ ਦੀ ਹੋਵੇਗੀ? ਹਾਂਜੀ ਬਾਬਾ ਜੀ, ਦੀਪਾ ਪ੍ਰਿੰਸੀਪਲ ਜਿੰਨੇ ਵੀ ਜੱਫੇ ਲਾਵੇਗਾ ਉਨੇ ਹੀ ਸਾਡੇ ਗੁਰਪ੍ਰੀਤ ਤੇ ਢਿੱਲੇ ਵੱਲੋਂ 100-100 ਦੇ ਨੋਟ ਦਿੱਤੇ ਜਾਣਗੇ। ਇਹ ਖਿਡਾਰੀ ਨੇ ਨੋਟ ਕਰ ਲੈਣਾ। ਲਓ ਸਾਹਮਣੇ ਪਹਿਲਾ ਡੇਢ ਅੰਕ ਇਸ ਸਮੇਂ ਜੰਗ ਸਾਹਿਬ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਲਓ ਸਾਹਮਣੇ ਨਿੱਕਾ ਇਸ ਸਮੇਂ ਬਾਬਾ ਜਵਾਹਰ ਸਿੰਘ ਵਾਲੀ ਦੀ ਧਰਤੀ ਦਾ ਕਬੱਡੀ ਕਬੱਡੀ ਕਰਦਾ ਹੋਇਆ ਅੱਜ ਜੈਮਲ ਵਾਲੀਆਂ ਨੇ ਮੰਗ ਮੈਂ ਯਾਰ ਉਧਾਰਾ ਲੈ ਜਾਂਦਾ ਹੈ। ਲਓ ਸਾਹਮਣੇ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਦੇਖੋ ਕੀ ਬਣਦਾ ਕੀ ਜੁੜਦਾ। ਕਿ ਟੰਗੇ ਕਿੱਲਿਆਂ ਤੇ ਕਦੇ ਨੀ ਕੰਮ ਦਿੰਦੇ ਹਲ ਬਸਰੀ ਤੇ ਤੋਰ ਤੈਨੂੰ ਰਾਤਾਂ ਨੂੰ ਰਹਿਣ ਸਦਾ ਤੁਰ ਕੇ ਖੁਸ਼ ਉਲੂ ਚਮ ਚਿਰਕ ਤੇ ਚੋਰ ਤੈਨੂੰ ਕਿ ਚੂੜ ਚੱਕ ਵਾਲਿਆ ਕਦੇ ਨਾ ਗੁਜੇਰੀ ਦੇ ਇਸ਼ਕ ਮੁਸ਼ਕ ਤੇ ਹਿੱਕ ਦਾ ਜੋਰ ਤੈਨੂੰ ਅੱਜ ਹਿੱਕ ਦੇ ਜੋਰ ਭਰ ਕੇ ਜਾਣੇ ਆ ਹਿੱਕ ਦੇ ਜੋਸ਼ ਭਰ ਕੇ ਜਾਣੇ ਆ। ਚੱਲ ਵੀ ਨੌਜਵਾਨਾਂ ਪਾਕ ਵੱਡੀ ਲਓ ਸਾਹਮਣੇ ਡਾਂਸਰ ਵਾਲਾ ਇਸ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਕਿਸੇ ਪੁੱਤ ਬਰਾੜਾਂ ਦਾ ਜਿਹਦਾ ਪ੍ਰਿੰਸੀ ਬਾਜਾ ਖਾਨਾ ਅੱਖੀਆਂ ਤੋਂ ਦੂਰ ਗਿਆ ਬਣ ਕੇ ਲਾੜੀ ਮੌਤ ਦਾ ਗਾਨਾ ਉਹਦੇ ਇੱਕ ਇੱਕ ਨਖਰੇ ਤੇ ਜੱਟ ਲੁੱਡੀਆਂ ਪਾਉਂਦਾ ਸੀ ਕਿ ਮੋਰ ਵੀ ਸ਼ਰਮਾ ਜਾਂਦੇ ਜਦੋਂ ਜੱਟ ਪਹਿਲਾਂ ਪਾਉਂਦਾ ਸੀ ਤੇ ਪੁਆਇੰਟ ਇਸ ਸਮੇਂ ਜੰਗ ਸਾਹਿਬ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾਕ ਵੱਡੀ ਲਓ ਸਾਹਮਣੇ ਇਸ ਸਮੇਂ ਨਿੱਕਾ ਜੰਗਸਰ ਵਾਲਿਆ ਕਬੱਡੀ ਕਬੱਡੀ ਕਰਦਾ ਹੋਇਆ ਦੇਖੋ ਕੀ ਗਾਉਂਦਾ ਕੀ ਜੁੜਦਾ ਦੇਖੋ ਆ ਸਾਹਮਣੇ ਗੱਭਰੂ ਡੱਕਣ ਦੀਆਂ ਗੱਲਾਂ ਰੱਖਣ ਦੀਆਂ ਗੱਲਾਂ ਮੁਕਾਬਲਾ ਬਿਲਕੁਲ ਸਰਦਾ ਹੈ ਇਸ ਸਮੇਂ ਲੱਖ ਦਾ ਕਰਾਮਾ ਲੈ ਲਿਆ ਤੇ ਪੁਆਇੰਟ ਜੰਗ ਸਾਹਿਬ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾਕ ਵੱਡੀ ਲਓ ਸਾਹਮਣੇ ਇਸ ਸਮੇਂ ਜੰਗ ਸਰੀਆ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਲਓ ਸਾਹਮਣੇ ਇਸ ਸਮੇਂ ਗੱਭਰੂ ਦੇਸ਼ ਮੇਰੇ ਦੇ ਸੋਹਣੇ ਵੀ ਚੌੜੀਆਂ ਹਿੱਕਾਂ ਤੇ ਮਨਹੋਣੇ ਜਦ ਆਉਂਦੇ ਵਿੱਚ ਮੈਦਾਨਾਂ ਦੇ ਕਿ ਵੇਖਣ ਵਾਲੇ ਹੁੰਦੇ ਦੋਸਤੋ ਚਾਰ ਜਵਾਨਾਂ ਦੇ ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਕਿ ਆਵਾਜ਼ਾਂ ਵਾਲੇ ਗੁਰੂ ਦੀ ਮੈਂ ਸਿਫਤ ਕਰਾਂ ਕਿਹੜੀ ਕਿ ਕੀਤੀ ਕੁਰਬਾਨੀ ਦੇ ਮਿਸਾਲ ਬਾਜਾਂ ਵਾਲੇ ਨੇ ਕਿ ਬੁਝੇ ਹੋਏ ਚਿਹਰਿਆਂ ਤੇ ਰੌਣਕ ਪਰਤੇ ਆਈ ਕਿ ਪੰਥ ਐਸਾ ਸਾਜਿਆ ਕਮਾਲ ਬਾਜਾਂ ਵਾਲੇ ਨੇ ਤੇ ਪੁਆਇੰਟ ਇਸ ਸਮੇਂ ਜੰਗ ਸਾਹਿਬ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾਕ ਵੱਡੀ ਲਓ ਸਾਹਮਣੇ ਇਸ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਜੋ ਨੀਵੇਂ ਉੱਤੇ ਹੈ ਉਹ ਸ਼ਹਿਬਾਜ਼ ਨਹੀਂ ਹੁੰਦੇ ਹਰ ਪੱਥਰ ਤਾਂ ਪੁਤਰਾਜ ਨਹੀਂ ਹੁੰਦੇ ਰੱਖ ਸੀਸ ਕੜੀ ਤੇ ਤੁਰਦੇ ਨੇ ਜੋ ਲੰਮੀ ਪੈਂਦੇ ਨੂੰ ਵੀ ਉਹ ਬੰਦੇ ਕਦੇ ਸ਼ੌਰਤ ਦੇ ਮਹਿਤਾਜ ਨਹੀਂ ਹੁੰਦੇ ਜੋ ਕਿਸਮਤ ਨੂੰ ਝੂਲਦੇ ਰਹਿੰਦੇ ਨੇ ਉਹ ਮਰਦ ਨਿਕਾਰਾ ਹੁੰਦੇ ਨੇ ਤੇ ਤਕਦੀਰ ਉਹਨਾਂ ਦਾ ਸਾਥ ਨਹੀਂ ਦਿੰਦੀ। ਲਓ ਸਾਹਮਣੇ ਜੰਗ ਸਰੀਆ ਗੱਭਰੂ ਇਸ ਸਮੇਂ ਲਾਉਂਦਾ ਹੋਇਆ ਜੱਫਾ ਤੇ ਪੁਆਇੰਟ ਸਮੇਂ ਦੀਆਂ ਕੜੀਆਂ ਵੀ ਟਿਕ ਟਿਕ ਕਰਦੀਆਂ ਨੇ ਤੇ ਪੁਆਇੰਟ ਇਸ ਸਮੇਂ ਜੰਗ ਸਾਹਿਬ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ। ਲਓ ਜੀ ਜਿਹੜਾ ਵੀ ਜੈਨ ਵਾਲੇ ਦਾ ਖਿਡਾਰੀ ਜੱਫਾ ਲਾਵੇਗਾ ਸਲਾਹ ਸੂਬਾ ਸਿੰਘ ਜੀ ਸਰਪੰਚ ਸਾਹਿਬ ਕਹਿੰਦੇ ਨੇ 500 ਰੁਪਇਆ ਹੋਵੇਗਾ ਜੱਫੇ ਦਾ। ਲਓ ਜੀ ਸਾਹਮਣੇ ਗੱਭਰੂ ਹੋ ਜਾਓ ਤਿਆਰ ਲਓ ਸਾਹਮਣੇ ਜੰਗ ਸਰੀਆ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਕਿ ਪਟਮਾ ਵੇਖ ਕੇ ਮਾਂ ਨੂੰ ਪੁੱਤ ਆਖੇ ਕਿ ਮਾਂ ਲੋਕ ਪਹਿਲਵਾਨ ਕਹਿੰਦੇ ਕਿ ਬੱਤਾ ਵਿੱਚ ਮੈਦਾਨ ਦੇ ਉਹ ਲੱਗਦਾ ਵਿੱਚ ਬਗਾਨੇ ਪੁੱਤਾਂ ਪੈਂਦੇ। ਸੋ ਸਾਹਮਣੇ ਇਸ ਸਮੇਂ ਪੁਆਇੰਟ ਜੰਗ ਸਾਹਿਬ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾਕ ਵੱਡੀ ਲਓ ਸਾਹਮਣੇ ਨਿੱਕਾ ਇਸ ਸਮੇਂ ਜੈਵਨ ਵਾਲਾ ਤੇ ਪੁੱਤ ਬਣ ਕੇ ਖੇਡਦਾ ਕਿ ਸਾਹਿਬਾ ਵਾਸਤੇ ਬੋਲੀ ਹੈ ਕਿ ਦੇ ਦੋ ਮੰਗ ਮਾਂ ਯਾਰ ਉਧਾਰਾ ਅੱਜ ਕੱਲ੍ਹ ਵੀ ਮੰਗ ਮਾਂ ਯਾਰ ਉਧਾਰਾ ਲੈ ਜਾਂਦਾ ਹੈ। ਲਓ ਸਾਹਮਣੇ ਇਸ ਸਮੇਂ ਸਾਹਮਣੇ ਮੇਜਰ ਇਸ ਸਮੇਂ ਡੱਕਣ ਦੀਆਂ ਗੱਲਾਂ ਰੱਖਣ ਦੀਆਂ ਗੱਲਾਂ ਸਾਡੇ ਸੂਬਾ ਸਿੰਘ ਜੀ ਸਰਪੰਚ ਸਾਹਿਬ ਕਹਿੰਦੇ ਨੇ ਕਿ ਜੈਮਲ ਦਾ ਜਿਹੜਾ ਵੀ ਖਿਡਾਰੀ ਜੱਫਾ ਲਾਵੇ
ਹਜ਼ਾਰ ਰੁਪਈਆ ਹੋਵੇਗਾ ਨਾ ਸਮੇਂ ਦੇ ਤਾਂ ਤੋਂ ਮਹਿੰਗੀ ਚੀਜ਼ ਕੁੜੇ ਕਿ ਜਿੰਦ ਜਾਨ ਵੀ ਤੇਥੋਂ ਮਾਰਾਂਗੇ ਹੈ ਕੋਈ ਜਾਨਵਰ ਸ਼ਮੀ ਮਾਂ ਦਾ ਸ਼ੇਰ ਪੁੱਤ ਜਿਹੜਾ ਇਸ ਕਬਰ ਨੂੰ ਡੱਕ ਲਵੇ ਜਿਹੜਾ ਇਹਨੂੰ ਰੱਖ ਲਵੋ ਡਬਲ ਟਚ ਦਾ ਲਾ ਤੇ ਫੋਨ ਦਾ ਸਮੇਂ ਜੰਗ ਸਰ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਆਲਾ ਮਾਲਾ ਤੇ ਬੈਰੋ ਕੇ ਤੋਲੀਆ ਤੇ ਟੋਲੀ ਭਾਈ ਦੀ ਟੀਮਾਂ ਵੀ ਜਲਦੀ ਤੋਂ ਜਲਦੀ ਗਰਾਉਂਡ ਵਿੱਚ ਆਉਣ ਚੱਲ ਵੀ ਨੌਜਵਾਨਾਂ ਭਾਗ ਵੱਡੇ ਲਓ ਸਾਹਮਣੇ ਜਾਣ ਵਾਲੀ ਗੰਭਰੂ ਆ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਕਿ ਫਿਰ ਕਿੰਨਾ ਕਿ ਥਾਪੀਆਂ ਤੂੰ ਮਾਰਦਾ ਕਿ ਪਤਾ ਲੱਗ ਜੂ ਤੋਲੇ ਹੋਏ ਭਾਗ ਦਾ ਜਦੋਂ ਟੱਕਰ ਗਿਆ ਕੋਈ ਭੈੜੇ ਪਰਿਵਾਰ ਦਾ ਤੇ ਕਿਤੇ ਵੀ ਨਹੀਂ ਜੀ ਲੱਗਦਾ ਕਿ ਘੋੜੀ ਘੋੜੀਆਂ ਚ ਲੇਖ ਲਈ ਪਜਾ ਕੇ ਖਿਡਾਰੀ ਜੱਫਾ ਲਾਉਣਗੇ ਤਾੜੀਆਂ ਮਾਰਦੇ ਦਰਸ਼ਕੋ ਸ਼ਮਾਰੀ ਦੀਪਾ ਜੇ ਜੱਫਾ ਲਾ ਗਿਆ 500 ਰੁਪਇਆ ਹੋ ਗਿਆ ਸਾਡੇ ਵੀਰਾਂ ਵੱਲੋਂ ਲਓ ਸਾਹਮਣੇ ਆਸਣੇ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾਕ ਵੱਡੀ 2000 ਰੁਪਇਆ ਹੋਵੇਗਾ ਸਰਦਾਰ ਸੂਬਾ ਸਿੰਘ ਜੀ ਸਰਪੰਚ ਸਾਹਿਬ ਕਹਿੰਦੇ ਨੇ ਜਿਹੜਾ ਵੀ ਜੈਮਲ ਦਾ ਖਿਡਾਰੀ ਜਾਣ ਸਕੇ ਰੇਡਰ ਨੂੰ ਜੱਫਾ ਲਾਵੇਗਾ 2000 ਰੁਪਇਆ ਹੋਵੇਗਾ ਲਓ ਸਾਹਮਣੇ ਜੈਮਲ ਦੀ ਗੱਭਰੂ ਆ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਚੱਲ ਵੀ ਨੌਜਵਾਨਾਂ ਲਓ ਸਾਹਮਣੇ ਬੋਲਿਆ ਹੋਇਆ ਤਾਵਾ ਦੇਖੋ ਕੀ ਬਣਦਾ ਕੀ ਜੁੜਦਾ ਦੇਖੋ ਮੁਕਾਬਲਾ ਬਿਲਕੁਲ ਸਖ਼ਤ ਹੈ ਦੇਖੋ ਆ ਸਮੇਂ ਕਿ ਮੇਰੋ ਮੇਰੀ ਹੁੰਦੀ ਹੋਈ ਜਵਾਨੀ ਹੈ ਲਓ ਸਾਹਮਣੇ ਚੱਲਦਾ ਹੋਇਆ ਮੈਚ ਆ ਤੇ ਪੁਆਇੰਟ ਆ ਸਮੇਂ ਜਨਸਰ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਇਸ ਮੈਚ ਦੇ ਵਿੱਚੋਂ ਜੈਮਲਾ ਏ ਦੇ ਪੁਆਇੰਟ ਨੇ 2 ਤੇ ਜਨਸਰ ਸਾਹੌਰ ਦੇ ਪੁਆਇੰਟ ਨੇ 10.5 ਆਓ ਜੀ ਆਲੇ ਵਾਲਾ ਤੇ ਵੈਰੋ ਕਹਿੰਦੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਉਂਡ ਵਿੱਚ ਆਉਣ ਤੋਲੀਆ ਤੇ ਟੋਲੀ ਭਾਈ ਆਲਮ ਵਾਲਾ ਦੀ ਟੀਮ ਵੀ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਵੇ ਆਲਮ ਵਾਲਾ ਲਓ ਜੀ ਦੋਨੋਂ ਸਿੱਖ ਸਰਦਾਰ ਟੀਮਾਂ ਨੇ ਦਰਸ਼ਕੋ ਤਾੜੀਆਂ ਮਾਰਦੇ ਨੇ ਸਿੱਖੀ ਸਾਨੂੰ ਖਿਡਾਰੀਆਂ ਦੇ ਵਾਸਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋ ਜਾਣ ਕੱਲ ਨੂੰ ਇਸ ਧਰਤੀ ਤੇ ਦੁਨੀਆਂ ਦੇ ਉਹ ਮਹਾਨ ਅਸੀਂ ਕਬੱਡੀ ਖਿਡਾਰੀਆਂ ਦੀ ਸੇਵ ਭਾਣੇ ਵਾਲਾ ਸੋਨਾ ਅਕਾਲੀ ਦਾ ਵੀ ਵਿਸ਼ੇਸ਼ ਮਾਨ ਸਨਮਾਨ ਹੋਵੇਗਾ ਚਿੰਮਾ ਟੁੱਡੀ ਰਸੂਲਪੁਰੀਏ ਕਾਲੂ ਵਰਗੇ ਗੁਰਪ੍ਰੀਤ ਜੰਗੀਆਂ ਨੇ ਵਿੱਕੀ ਟੁੱਡੀ ਵਰਗੇ ਮਹਾਨ ਖਿਡਾਰੀ ਕੱਲ ਨੂੰ ਵਿੱਕੀ ਚੈਂਦਗੜ ਰੇਸ਼ ਮਿੰਦਗੜ ਕਲਜੀਤਾ ਮਰਸੀਆਂ ਵਾਲਾ ਉਹ ਵੀ ਵਿਸ਼ੇਸ਼ ਤੌਰ ਤੇ ਇਸ ਦਿਨ ਗਰਾਊਂਡਾਂ ਦੇ ਵਿੱਚ ਪੁੱਜੇਗਾ ਕੱਲ ਉਹ ਸਾਨਾ ਦੇ ਪੇੜ ਦੇਖਣ ਯੋਗ ਹੋਣਗੇ ਮਾਈ ਪਰਮਜੀਤ ਸਿੰਘ ਜੀ ਬੈਰੋਗਾਂ ਤੋਂ ਪੁੱਛਿਆ ਜਿਹੜੇ ਵੀ ਬੈਰੋਗਾਂ ਦੇ ਖਿਡਾਰੀ ਚੱਪਲ ਲਾਉਣਗੇ 50 ਰੁਪਏ ਹੋਣਗੇ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਪਰਮਜੀਤ ਸਿੰਘ ਜੀ ਆਲਮ ਵਾਲੇ ਜਿੰਨੇ ਵੀ ਖਿਡਾਰੀ ਜੱਫੇ ਲਾਉਣਗੇ ਉਹਨੇ ਹੀ 50 ਰੁਪਏ ਤੇ ਜਾਣਗੇ ਹਾਂਜੀ ਬਾਈ ਜੀ ਬਾਈ
ਬਾਈ ਭਿੰਡੇ ਤੇ ਉਹਨਾਂ ਦੀ ਮਿੱਤਰ ਮੰਡਲੀ ਵੱਲੋਂ ਭੋਲਾ ਆਲਮ ਵਾਲੀਆਂ ਜਿੰਨੇ ਵੀ ਪਿੰਡ ਲਵੇਗਾ ਉਹਨਾਂ ਹੀ ਆਲਮ ਵਾਲੀਆਂ ਪਿੰਡਾਂ ਜਿੰਨੇ ਵੀ ਜੱਫੇ ਲਵਾਏਗਾ ਉਹਨਾਂ ਨੂੰ ਵਿਸ਼ੇਸ਼ 100 ਰੁਪਏ ਦਾ ਮਾਨ ਸਨਮਾਨ ਹੋਵੇਗਾ। ਲਓ ਸਾਹਮਣੇ ਸਿੱਖ ਸਰਦਾਰ ਮੁੰਡਾ ਬਬਲੀ ਚੜਿਕਦਾ ਘੋਲੀਆ ਕਲਾਂ ਤੋਂ ਟੋਲੀ ਭਾਈ ਅਗਲਾ ਮੈਚ ਜਿਹੜਾ ਹੋਣ ਜਾ ਰਿਹਾ ਘੋਲੀਆ ਕਲਾਂ ਵਰਸਸ ਟੋਲੀ ਭਾਈ ਤੇ ਦੋਨਾਂ ਟੀਮਾਂ ਦੇ ਖਿਡਾਰੀ ਕਸਰਤ ਕਰਕੇ ਗਰਾਊਂਡ ਦੇ ਨੇੜੇ ਆ ਜਾਣ। ਘੋਲੀਆ ਕਲਾਂ ਵਰਸਸ ਟੋਲੀ ਭਾਈ ਭਾਈ ਮੇਰੇ ਦੀਪੇ ਦੇ ਢਿੱਲੇ ਵੱਲੋਂ 100 ਰੁਪਈਆ ਹੋਵੇਗਾ ਢੋਲੇ ਕਬੱਡੀ ਖੇਡ ਜਿੰਨੇ ਵੀ ਜੱਫੇ ਲਾਵੇਗਾ। ਲਓ ਸਾਹਮਣੇ ਸਿੱਖ ਸਰਦਾਰ ਇਸ ਸਮੇਂ ਕੀਲ ਦੀਆਂ ਗੱਲਾਂ ਲੱਕੜ ਦੀਆਂ ਗੱਲਾਂ ਤੇ ਫੁੱਟ ਇਸ ਸਮੇਂ ਆਲਮ ਵਾਲੇ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਸਾਡੇ ਪਰਮਜੀਤ ਸਿੰਘ ਜੀ ਕਮਿਸ਼ਨ ਸਾਹਿਬ ਵੱਲੋਂ ਇਸ ਸਮੇਂ ਆਲਮ ਵਾਲੇ ਦੇ ਖਿਡਾਰੀ ਇੱਕ ਵਿਸ਼ੇਸ਼ ਮਾਨ ਸਨਮਾਨ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ। ਲਓ ਸਾਹਮਣੇ ਇਸ ਸਮੇਂ ਵੈਰੋ ਕੈਮਰਾ ਸਰਦਾਰ ਦਵਿੰਦਰ ਸਿੰਘ ਜੀ ਧਾਨੇ ਵਾਲੀ ਸਪਾਂਸਰ ਕੀਤੀ ਹੋਈ ਟੀਮ ਹੈ। ਲਓ ਸਾਹਮਣੇ ਇਸ ਸਮੇਂ ਕਿ ਗੱਭਰੂ ਨੇ ਰੇਲ ਰੁਕ ਦੀ ਪੂਰੇ ਸੜ ਕੇ ਕਿੱਕਰ ਦਾ ਚਾਫਾ ਤੇ ਪੁਆਇੰਟ ਇਸ ਸਮੇਂ ਵੈਰੋਕਾ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਲਓ ਸਾਹਮਣੇ ਚੱਲ ਵੀ ਆਲਮ ਨੂੰ ਵਿਸ਼ੇਸ਼ ਵੀ ਮਾਨ ਸਨਮਾਨ ਹੋਵੇਗਾ। ਆਲਮ ਵਾਲੀਆ ਕੋਚ ਮਨਿੰਦਰ ਸਿੰਘ ਜੀ ਸੀਫਾ ਦਾ ਕੱਲ ਵਿਸ਼ੇਸ਼ ਨੂੰ ਮਾਨ ਸਨਮਾਨ ਹੋਵੇਗਾ। ਵੱਲੋਂ ਬਾਬਾ ਸ਼ੰਕਰ ਸਿੰਘ ਜੀ ਬਾਬਾ ਚਮਕੌਰ ਸਿੰਘ ਜੀ ਮੁੱਖ ਸੇਵਾਦਾਰ ਗੁਰੂ ਸਾਹਿਬ ਦਾ ਤੇ ਸਮੂਹ ਕਬੱਡੀ ਖਿਡਾਰੀਆਂ ਵੱਲੋਂ ਕੱਲ ਨੂੰ ਆਲਮ ਵਾਲੀਆ ਸੀਫੇ ਦਾ ਵੀ ਵਿਸ਼ੇਸ਼ ਮਾਨ ਸਨਮਾਨ ਹੋਵੇਗਾ। ਲਓ ਸਾਹਮਣੇ ਚੱਲਦਾ ਹੋਇਆ ਮੈਚ ਤੇ ਪੁਆਇੰਟ ਇਸ ਸਮੇਂ ਆਲਮ ਵਾਲੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਸਾਡੇ ਪਰਮਜੀਤ ਸਿੰਘ ਜੀ ਪੁਲਿਸ ਮੁਲਾਜ਼ਮ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਜਿੰਨੇ ਵੀ ਆਲਮ ਵਾਲੀਆ ਖਿਡਾਰੀ ਜੱਫੇ ਰੇਡਾਂ ਲੈ ਕੇ ਆਉਣਗੇ ਉਹਨਾਂ ਹੀ ਮਾਨ ਸਨਮਾਨ ਹੋਣਗੇ ਜਿੰਨੇ ਜੱਫੇ ਲਾਉਣਗੇ ਉਹਨਾਂ ਹੀ ਮਾਨ ਸਨਮਾਨ ਹੋਣਗੇ। ਲਓ ਸਾਹਮਣੇ ਸਿੱਖ ਸਰਦਾਰ ਮੁੰਡਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋ ਤੇ ਪੁਆਇੰਟ ਵੈਰੋ ਕੈਮ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਲਓ ਸਾਹਮਣੇ ਇਸ ਸਮੇਂ ਕਿ ਬਾਜਾ ਵਾਲਿਆ ਕਰਾਂ ਕੀ ਸਿਮਤ ਤੇਰੀ ਕਿ ਕਾਜ ਕਲਮ ਤੋੜ ਇਹਦਾ ਇਕਾਰ ਵੱਡਾ ਤੇਰੇ ਗੁਣ ਵੱਡੇ ਤੇ ਤੇਰੀ ਵਡਿਆਈ ਵੱਡੀ ਤੇਰੇ ਗੁਣਾਂ ਦਾ ਚੋਜੀ ਭੰਡਾਰ ਵੱਡਾ ਜਿਹੜਾ ਵੀਰ ਹੁਣੇ ਰੇਡ ਲੈ ਗਿਆ ਉਹਦੇ ਉੱਤੇ ਵਿਸ਼ੇਸ਼ ਮਾਨ ਸਨਮਾਨ ਪੁੱਜਾ ਸਾਡੇ ਪੰਜਾਬ ਪਰਮਜੀਤ ਸਿੰਘ ਜੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ। ਲਓ ਸਾਹਮਣੇ ਵਿਸ਼ੇਸ਼ ਬੱਚਿਆਂ ਦਾ ਅੱਜ ਹੌਸਲਾ ਅਫਜਾਈ ਕਰਦੇ ਨੇ। ਲਓ ਸਾਹਮਣੇ ਚੱਲਦਾ ਹੋਇਆ ਮੈਚ ਕਿ ਜਦ ਹੋਇਆ ਫਾਈਨਲ ਮੈਚ ਤੇ ਹੱਥ ਵਿਖਾਏ ਪੱਪੂ ਨੇ ਕਿ ਢੇਰੀਆਂ ਨੇੜੇ ਜਾ ਜਾ ਰੇਡਰ ਢਾਏ ਪੱਪੂ ਨੇ ਜਿਹੜੇ ਨੋਟ ਚੰਨੇ ਨੇ ਵਾਰੇ ਨੀ ਕਰਕੇ ਚਿੱਤ ਕਰਾਰਾਂ ਦਾ ਹਰਜੀਤ ਬੜਾ ਹੀ ਚੇਤੇ ਆਇਆ ਉਹਦੇ ਪੁੱਤ ਬਰਾੜਾਂ ਦਾ ਲਾਭੇ ਲਈ ਸਰਦਾਰ ਪਰਮਜੀਤ ਸਿੰਘ ਜੀ ਪੁਲਿਸ ਮੁਲਾਜ਼ਮ ਵੱਲੋਂ ਵਿਸ਼ੇਸ਼ 50 ਰੁਪਈਆਂ ਦਾ ਮਾਨ ਸਨਮਾਨ ਪੁੱਜਿਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਪਰਮਜੀਤ ਸਿੰਘ ਜੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਅੱਜ ਬੱਚਿਆਂ ਦਾ ਹੌਸਲਾ ਅਫਜ਼ਾਈ ਕਰ ਰਹੇ ਨੇ। ਲਓ ਸਾਹਮਣੇ ਸਿੱਖ ਸਰਦਾਰ ਇਸ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਕਿ ਨਾ ਕੋਈ ਉਹਨਾਂ ਵਰਗਾ ਹੋਇਆ ਤੇ ਨਾ ਕੋਈ ਉਹਦੇ ਵਰਗਾ ਹੋਣਾ ਤੇ ਜੁਗਾਂ ਜੁਗਾਂ ਤੱਕ ਗੱਲਾਂ ਚੱਲਦੀਆਂ ਰਹਿਣਗੀਆਂ ਉਸ ਦਾਦੇ ਦਰਵੇਸ਼ ਦੀਆਂ ਕਿ ਕੌਣ ਕਰੂਗਾ ਰਿਸਾਂ ਕਲਗੀ ਤੱਕ ਸਮੇਸ਼ ਦੀਆਂ ਕਿ ਕੌਣ ਕਰੂਗਾ ਰਿਸਾਂ ਕਲਗੀ ਤੱਕ ਸਮੇਸ਼ ਦੀਆਂ ਅਗਲੀਆਂ ਟੀਮਾਂ ਵੀ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ ਜਿੰਨੇ ਵੀ ਪੁਆਇੰਟ ਲਵੇਗਾ ਡਾਕਟਰ ਰਣਜੀਤ ਵੱਲੋਂ 100 ਰੁਪਏ ਦਾ ਵਿਸ਼ੇਸ਼ ਮਾਨ ਸਨਮਾਨ ਹੋਵੇਗਾ ਜਿੰਨੇ ਵੀ ਜੱਫੇ ਲਾਵੇਗਾ। ਲਓ ਸਾਹਮਣੇ ਇਸ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਪੁਆਇੰਟ ਇਸ ਸਮੇਂ ਵੈਰੋ ਕੈਮ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਲਓ ਸਾਹਮਣੇ ਇਸ ਸਮੇਂ ਕਿ ਗੱਭਰੂ ਦੇਸ਼ ਮੇਰੇ ਦੇ ਸੋਹਣੇ ਵੀ ਚੌੜੀਆਂ ਹਿੱਕਾਂ ਤੇ ਮਨਮੋਹਣੇ ਜਦ ਆਉਂਦੇ ਵਿੱਚ ਮੈਦਾਨਾਂ ਦੇ ਕਿ ਵੇਖਣ ਵਾਲੇ ਹੁੰਦੇ ਦੋਸਤੋ ਚਾਰ ਜਵਾਨਾਂ ਦੇ। ਲਓ ਸਾਹਮਣੇ ਇਸ ਸਮੇਂ
ਸੂਹ ਵਿੱਚ ਮੁੰਡਾ ਆਪਣੀ ਝੜਕਦਾ ਕਿ ਕਹਿੰਦੇ ਕਿ ਚਾਹਦੇ ਹੋ ਢਾਵੀਆਂ ਨਾਲ ਲਿਖਦਾ ਕਿ ਲਾ ਦਿੰਦਾ ਜੱਪਾ ਜਾਣੂ ਜੋਰ ਲਾ ਕੇ ਹਿੱਕਦਾ ਅੱਜ ਹਿੱਕਦੇ ਜੋਰ ਦੀਆਂ ਗੱਲਾਂ ਨੇ ਹਿੱਕਦੇ ਜੋਸ਼ ਵਰ ਕੇ ਜਾਣੇ ਆ ਅਗਲਾ ਮੈਚ ਘੋਲੀਆ ਕਲਾਂ ਵਾਸਤੇ ਕੋਲੀ ਭਾਵ ਦੇ ਵਿਚਕਾਰ ਹੋਣਾ ਹੈ ਜਿਹੜਾ ਆਲਮ ਵਾਲੀਆ ਰੇਡਰ ਹੁਣੇ ਪੁਆਇੰਟ ਲੈ ਗਿਆ ਉਹਦਾ ਵੀ ਵਿਸ਼ੇਸ਼ ਮਾਣ ਸਨਮਾਨ ਹੈ ਸਾਡੇ ਪਰਮਜੀਤ ਸਿੰਘ ਜੀ ਪੰਜਾਬ ਪੁਲਿਸ ਵਾਲੇ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਲਓ ਸਾਹਮਣੇ ਅਸਲੀ ਮੈਰੋ ਕੈਮਰਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਦੇਖੋ ਕੀ ਬਣਦਾ ਕੀ ਜੁੜਦਾ ਤੇ ਪੁਆਇੰਟ ਮੈਰੋ ਕੈਮਰਾ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਚੱਲ ਵੀ ਨੌਜਵਾਨ ਨਾਲ ਪਾ ਕਬੱਡੀ ਕੋਲੀਆ ਤੇ ਟੋਲੀ ਭਾਈ ਦੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਪਹੁੰਚਾਉਣ ਕੋਲੀਆ ਤੇ ਟੋਲੀ ਭਾਈ ਲਓ ਸਾਹਮਣੇ ਆਦਮ ਸਿੰਘ ਜੀ ਕਿੰਗ ਦੇਖੋ ਕੀ ਬੰਦਾ ਕੀ ਜੁੜਦਾ ਹੈ ਰਹਿੰਦਾ ਕਿ ਮੁੰਡਾ ਮੁਕਾਬਲਾ ਬਿਲਕੁਲ ਸੱਚ ਹੈ ਖਿਡਾਰੀ ਵੀਰਾਂ ਜਾਂ ਦਰਸ਼ਕਾਂ ਦੇ ਵਿੱਚੋਂ ਜੇ ਕਿਸੇ ਨੇ ਲੰਗਰ ਛਕਣਾ ਹੈ ਤਾਂ 15-20 ਮਿੰਟ ਦੇ ਵਿੱਚ ਉਹ ਲੰਗਰ ਹਾਲ ਦੇ ਵਿੱਚ ਜਾ ਕੇ ਲੰਗਰ ਛਕ ਲੈਣ ਉਸ ਤੋਂ ਬਾਅਦ ਲੰਗਰ ਇੱਕ ਵਾਰੀ ਬੰਦ ਕਰ ਦੇਣਾ ਜਿਹੜੀਆਂ ਟੀਮਾਂ ਬਾਹਰੋਂ ਆਈਆਂ ਨੇ ਉਹਨਾਂ ਨੇ ਉੱਥੇ ਰਹਿਣਾ ਜੇ ਕਿਸੇ ਨੇ ਰਾਤ ਕਿਰਪਾ ਕਰਕੇ ਉਹ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰ ਲੈਣ ਜਿਹੜੀਆਂ ਟੀਮਾਂ ਦੂਰੋਂ ਆਈਆਂ ਰਹਿਣਾ ਹੈ ਉਹ ਕਿਰਪਾ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰ ਲੈਣ ਖੇਡਾ ਪਿੰਡ ਲਹਾਰੇ ਦੀਆਂ ਫਕਰ ਬਾਬਾ ਦਾਮੂ ਸ਼ਾਹ ਜੀ ਘੋਲੀਆ ਕਲਾਂ ਅਤੇ ਟੋਲੀ ਭਾਈ ਦੋਨੋਂ ਟੀਮਾਂ ਜਲਦੀ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਇਸ ਤੋਂ ਅਗਲਾ ਮੈਚ ਜਿਹੜਾ ਸ਼ੁਰੂ ਹੋਣਾ ਹੈ ਉਹ ਹੈ ਮੱਜੂ ਕੇ ਵਰਸਸ ਹਾਕਮ ਸਿੰਘ ਵਾਲਾ ਮੱਜੂ ਕੇ ਵਰਸਸ ਹਾਕਮ ਸਿੰਘ ਵਾਲਾ ਦੀਆਂ ਟੀਮਾਂ ਦੇ ਵਿਚਕਾਰ ਅਗਲਾ ਮੈਚ ਸ਼ੁਰੂ ਹੋਣਾ ਹੈ ਉਹ ਵੀ ਕਿਰਪਾ ਕਰਕੇ ਜਲਦੀ ਜਲਦੀ ਕੱਪੜੇ ਪਾ ਕੇ ਗਰਾਊਂਡ ਦੇ ਨੇੜੇ ਆ ਜਾਣ ਬੇੜਾ
ਹੈਲੋ 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 ਲੋਕ ਖੇਡ ਮੈਦਾਨ ਦੇ ਨਾਲ ਜੁੜਦੇ ਆ ਸਾਡੇ 15-16 ਕਬੱਡੀਆਂ ਹੋਣਗੀਆਂ ਘੋੜੀਆਂ ਤਰ੍ਹਾਂ ਦੇ ਟੋਲੀ ਉਡਾਈ ਸਾਡੇ 10-11 ਠੀਕ ਆ ਵੀਰ ਘੋੜੀਆਂ ਕਲਾਂ ਦੀ ਟੀਮ ਹੱਥ ਖੜਾ ਕਰੇ ਘੋੜੀਆਂ ਕਲਾਂ ਦੀ ਟੀਮ ਸੜਕ ਵਾਲੀ ਸਾਈਡ ਘੋੜੀਆਂ ਕਲਾਂ ਦੀ ਟੀਮ ਟੋਲੀ ਭਾਈ ਦੀ ਟੀਮ ਚੋਟਕਾਂ ਵਾਲੀ ਸਾਈਡ ਆ ਲਓ ਪਹਿਲੀ ਕਬੱਡੀ ਵੀਰ ਹਿੱਸੇ ਵਿੱਚ ਆਵੇਗੀ ਕਿ ਵਾਹ ਵਾਹ ਰਾਜ ਫਕੀਰ ਆ ਤੇਰੀ ਸ਼ਾਇਦ ਗੋੜੇ ਤੋਂ ਮਿੱਠੀ ਆਈ ਜਵਾਨੀ ਵਿੱਚ ਹਰ ਕੋਈ ਵੇਂਦਾ ਪਰ ਜਾਂਦੀ ਕਿਸੇ ਨਾ ਡਿੱਠੀ ਕੀ ਮਲਿਆ ਦੇ ਬੰਦਿਆ ਤੇਰੀ ਤੂੰ ਜਦ ਕਦ ਹੋਣਾ ਮਿੱਟੀ ਇਸ਼ਕ ਨੇ ਹਰ ਦਮ ਤਾਜ਼ਾ ਰਹਿਣਾ ਉਹਨਾਂ ਦਾੜੀ ਹੋ ਜੇ ਚਿੱਟੀ ਆਪਾਂ ਬੜੇ ਦਰਬਾਰ ਕਰਾਂਗੇ ਸਾਡੇ ਬਖੌਰ ਸਿੰਘ ਜੀ ਨਾਲ ਸਾਡੇ ਸੂਬਾ ਸਿੰਘ ਜੀ ਸਰਪੰਚ ਸਾਹਿਬ ਤੇ ਕੁਲਦੀਪ ਸਿੰਘ ਜੀ ਪ੍ਰਧਾਨ ਸਾਹਿਬ ਸੀਆਈਡੀ ਦੇ ਪ੍ਰਧਾਨ ਨੇ ਆਪਾਂ ਸਾਰੇ ਸੱਜਣਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦਾਸ ਨੂੰ ਮੌਕਾ ਦਿੱਤਾ ਖੇਡ ਮੈਦਾਨ ਦੇ ਨਾਲ ਜੁੜਨ ਦਾ ਲਓ ਸਾਹਮਣੇ ਨੌਜਵਾਨ ਗੁੱਟ ਫੜ ਕੇ ਮਿਲਾਉਣ ਦੀ ਗੱਲ ਕਰਦਾ ਟੋਲੀ ਪਾਈ ਪਿੰਡ ਇਤਿਹਾਸ ਧਰਤੀ ਆ ਸਹਿ ਸ੍ਰੀ ਗੁਰੂ ਹਰਗੋਬਿੰਦ ਸਿੰਘ ਵਿੱਚ ਵੱਡੀਆਂ ਰੌਣਕਾਂ ਲੱਗਦੀਆਂ ਨੇ ਜਿਵੇਂ ਅੱਜ ਜੈਮਣ ਵਾਲੀ ਧਰਤੀ ਤੇ ਉਹਨਾਂ ਗੁਰੂਆਂ ਨੂੰ ਯਾਦ ਕੀਤਾ ਜਾਂਦਾ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਵਾਕ ਮੂੰਹ ਚੋਂ ਨਿਕਲੇ ਉਹ ਬਿਲਕੁਲ ਨਹੀਂ ਜਾਣੇ ਲੋਕ ਪੁਆਇੰਟ ਨੌਜਵਾਨ ਜਾਂ ਫਿਰ ਹਿੱਸੇ ਜੁੜਦਾ ਹੋਇਆ ਤਿਲਗੇਰੀ ਕਬੱਡੀ ਪਾਉਣ ਦੇ ਲਈ ਫਿਰ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਚਾਰ ਯਾਫੀ ਨੇ ਲੋਕ ਪਛਾਣ ਫੜ ਜਾਂਦੇ ਨੇ ਨਾਲ ਹਾਕਮ ਸਿੰਘ ਵਾਲਾ ਤੇ ਮੰਜੂ ਕੇ ਇਹਦੀ ਟੀਮ ਆ ਚਾਰੀ ਫੜਨ ਕੱਲ ਕਲਾਂ ਤੇ ਰੋਡੇ ਖੁਖਰਾਣਾ ਵਰਸੀ ਥੱਲੇ ਕੇ ਸਮਾਨ ਸਾਹਿਬ ਤੇ ਧੰਨਾ ਸ਼ਹੀਦ ਵੀ ਤਲਵੰਡੀ ਭਗੇਰੀਆ ਬਾਈ ਦੇ ਬੱਚਾ ਲੋਟ ਕੱਲ ਖੁੜਾਜੀ ਦੇ ਲੋ ਸਾਹਮਣੇ ਵੀਲਾ ਨੌਜਵਾਨ ਕੀ ਫੈਸਲੇ ਕਰੇਗਾ ਗੁਜਰਾਵਾਲ ਦੀ ਧਰਤੀ ਦਾ ਤੇ ਕਰਨਾ ਆਪਣੇ ਸਮੇਂ ਦਾ ਪ੍ਰਸਿੱਧ ਖਿਡਾਰੀ ਆ ਚੌਕੜ ਦੀ ਧਰਤੀ ਦਾ ਲੋ ਸਾਹਮਣੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਜੂਝਦਾ ਹੋਇਆ ਟੋਲੀ ਭਾਈ ਦੇ ਟੀਮ ਦੇ ਕਬੱਡੀ ਪਾਉਣ ਦੇ ਲਈ ਫਿਰ ਵਾਧਾ ਹੋਇਆ ਨੌਜਵਾਨ ਦੂਸਰੇ ਪਾਸੇ ਚਾਰ ਯਾਫੀ ਨੇ ਲਓ ਕਿਹੜਾ ਨੌਜਵਾਨ ਕੋਸ਼ਿਸ਼ ਕਰੇਗਾ ਕਿ ਜਿਹੜੇ ਪੰਛੀ ਭਰਦੇ ਨੇ ਉਡਾਰੀ ਅਸਮਾਨਾਂ ਵਿੱਚ ਐਵੇਂ ਭਰਦੇ ਨੇ ਉਡਾਰੀ ਖਿਡਾਰੀ ਮੈਦਾਨਾਂ ਵਿੱਚ ਫੜ ਕੇ ਜਾਣੇ ਨੇ ਜੋਰ ਜਵਾਨਾਂ ਵਿੱਚ ਅੱਜ ਸਾਰਿਆਂ ਦੇ ਸਾਹਮਣੇ ਕਿਹੜਾ ਚਾਨਣਾਂ ਨੂੰ ਚਮਕੂਗਾ ਅੱਜ ਤਾਰਿਆਂ ਦੇ ਸਾਹਮਣੇ ਕਿਹੜਾ ਚਾਨਣਾਂ ਨੂੰ ਚਮਕੂਗਾ ਅੱਜ ਤਾਰਿਆਂ ਸਾਹਮਣੇ ਸਮੁੱਚੀ ਕਲੱਬ ਵਧਾਈ ਦੀ ਪਾਤਰਾ ਲਓ ਜੈਮਲਾ ਪਿੰਡ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਲਓ ਸਾਹਮਣੇ ਜਿੰਨੇ ਵੀ ਕਬੱਡੀ ਦੇ ਆਸ਼ਕ ਪੁੱਜੇ ਸਤਿਸ਼੍ਰੀ ਆਪਾਂ ਸਾਰਿਆਂ ਦਾ ਧੰਨਵਾਦ ਕਰਾਂਗੇ ਝੂਲ ਦੇ ਹੋਏ ਚੰਡੇ ਕਬੱਡੀ ਜਿੰਦਾਬਾਦ ਆਈ ਲਵ ਕਬੱਡੀ ਹਮ ਬੁਲਬੁਲ ਹੈ ਇਸਕੀ ਇਹ ਗੁਲਸਤਾਨ ਹਮਾਰਾ ਸਾਰੇ ਜਹਾਂ ਸੇ ਅੱਛਾ ਇਹ ਹਿੰਦੁਸਤਾਨ ਹਮਾਰਾ ਲੋ ਖੇਡ ਮੈਦਾਨ ਚ ਅਲਗੇਰੀ ਕਬੱਡੀ ਟੋਲੀ ਭਾਈ ਦਾ ਨਾਜ਼ਰ ਫੜ ਕੇ ਪਾਉਂਦਾ ਹੋਇਆ ਆਪਾਂ ਨੂੰ ਲਾਲੀ ਕਲੀ ਕਰੇ ਵਾਲਾ ਭਾਈ ਜਵਾਨੀ ਰੇਡ ਤੇ ਚਲੀ ਹਾਕਮ ਸਿੰਘ ਵਾਲਾ ਤੇ ਮੰਜੂ ਕੇ ਪੂਰੇ ਟੀਮਾਂ ਵੇਖ ਪਾਰ ਦੂਸਰੇ ਵਿੱਚ ਪੁੱਜਣ ਹਾਕਮ ਸਿੰਘ ਵਾਲਾ ਤੇ ਮੰਜੂ ਕੇ ਕੱਲ ਕਲਾਂ ਦੇ ਰੋਡੇ ਲੋ ਖੇਡ ਮੈਦਾਨ ਚ ਨਾਜ਼ਰ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਕਿ ਸ਼ੀਸ਼ੇ ਮੂਹਰੇ ਛਾਤੀ ਦਾ ਹਰੇਕ ਲੰਨ ਦਾ ਸਾਰਾ ਸਿੱਖ ਘਰ ਚ ਹਰੇਕ ਲੰਨ ਦਾ ਪੈਂਦਾ ਜਦੋਂ ਗਰਾਊਂਡ ਵਿੱਚ ਵਾਹ ਦੇ ਰਿਹਾ ਨਹੀਂ ਤੇ ਲੋ ਬਗਾਲੇ ਪੁੱਤ ਢਾ ਚੋ ਰਿਹਾ ਚਾਹੀ ਦੀ ਫਲਾਰ ਦੀ ਹੱਡੇ ਲਗੇ ਆਣਿਆ ਸੌਖੀ ਨੇ ਜੋ ਖੇਡਣ ਦੀ ਕਬੱਡੀ ਲਗੇ ਆਣਿਆ ਆਪ ਕੋ ਖਿਡਾਰੀ ਵਰਗਾ ਜਿਹੜਾ ਇਹਨਾਂ ਦੇ ਉੱਤੇ ਤੀਜਾ ਰਾਊਂਡ ਆ ਉਹ ਕੱਲ ਨੂੰ ਕਰਵਾਇਆ ਜਾਊਗਾ ਆਪ ਕੋ ਵਰਗ ਦੇ ਜਿਹੜੇ ਟੀਮਾਂ ਦੇ ਮੈਚ ਤੀਜੇ ਵਰਗ ਤੀਜੇ ਰਾਊਂਡ ਦੇ ਆ ਉਹ ਕੱਲ ਨੂੰ ਕਰਵਾਏ ਜਾਣੇ ਆ ਅੱਜ ਸਿਰਫ ਦੂਜੇ ਰਾਊਂਡ ਹੀ ਮੁਕੰਮਲ ਕਰਨਾ ਕੱਲ ਫਾਈਨਲ ਮੈਚ ਸਾਡੇ ਕਮੈਂਟੇਟਰ ਬਿੰਦਰ ਸਿੰਘ ਮਿਸ਼ਰੀ ਵਾਲਾ
ਤੇ ਦਿਲਪਾਲ ਸਿੰਘ ਸੱਜਣਵਾਲਾ ਤੇ ਸਿਰਫ ਦੋਨੇ ਇਹ ਕਮੇਟੀ ਕੱਢ ਕੇ ਹੋਰ ਕਿਸੇ ਵੀ ਕਮੇਟੇ ਨੂੰ ਸਮਾਂ ਨਹੀਂ ਦਿੱਤਾ ਜਾਊਗਾ। ਕਿਰਪਾ ਕਰਕੇ ਪ੍ਰਬੰਧਕ ਕਮੇਟੀ ਨੂੰ ਟੂਰਨਾਮੈਂਟ ਕਮੇਟੀ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਆਪਾਂ ਸਾਰੇ ਪ੍ਰਵਾਦੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਮੌਕਾ ਦਿੱਤਾ ਮਾਂਗੜ ਕਬਾੜੀ ਦੇ ਨਾਲ ਜੁੜਨ ਦਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪ੍ਰਬੰਧਕੀਰਾਂ ਦੇ ਵੱਡੇ ਮਾਣ ਤੇ ਸਾਰੇ ਖਿਡਾਰੀਆਂ ਨੂੰ ਲਓ ਸਾਹਮਣੇ ਖੇਡ ਮੈਦਾਨ ਵਿੱਚ ਨੌਜਵਾਨ ਕੋਚ ਕਰਦਾ ਹੋਇਆ ਪੁਆਇੰਟ ਘੋੜੀਏ ਗਲਾਂ ਦੀ ਟੀਮ ਦੇ ਖਾਤ ਤੋਂ ਜੁੜਦਾ ਹੋਇਆ ਲੋਕ ਖੇਡ ਮੈਦਾਨ ਵਿੱਚ ਚੱਲਦਾ ਹੋਇਆ ਮੁਕਾਬਲਾ ਦੋਨਾਂ ਟੀਮਾਂ ਦੇ ਵਿਚਕਾਰ ਦਿਲਗੀਰੀ ਕਬਾਡੀ ਪਾਉਣ ਦੇ ਵਿੱਚ ਰਵਾਲਦਾ ਹੋਇਆ ਇੱਕ ਪਾਸੇ ਰਜਿੰਦਰ ਪਾਲ ਸਹੌਰ ਦੀ ਧਰਤੀ ਦਾ ਲੋਕ ਬਰਨਾਲੇ ਦਾ ਗੇੜਾ ਫੈਸਲੇ ਕਰਦਾ ਨਾਲ ਬੀਲਾ ਗੁਜਰਵਾਲ ਦੀ ਧਰਤੀ ਦਾ ਤੇ ਕਰਮ ਤਰਸੇਵ ਸਿੰਘ ਸਦੌਰ ਦੀ ਧਰਤੀ ਦਾ ਲੋਕ ਖੇਡ ਮੈਦਾਨ ਦੇ ਨਾਲ ਜੁੜਦੇ ਆ ਚਾਰ ਝਾਫੀ ਨੇ ਲੋਕ ਕਿਹੜਾ ਨਜ਼ਰ ਕੋਸ਼ ਕਰੇਗਾ ਬੰਦੇ ਜਿਹੜੇ ਬਹੁਤ ਮਸ਼ਹੂਰ ਹੋ ਜਾਂਦੇ ਨੇ ਮਾੜਿਆਂ ਤੋਂ ਕਾਹਤੋਂ ਇੰਨੇ ਦੂਰ ਹੋ ਜਾਂਦੇ ਨੇ ਰੱਬ ਜੀ ਨੂੰ ਦਿੰਦਾ ਸੁਗਾਤ ਦੇ ਦਿਆ ਕਾਹਤੋਂ ਭੁੱਲ ਜਾਂਦਾ ਆਪਣੀ ਔਕਾਤ ਦੇ ਦਿਆ ਫਿਰ ਰੱਬ ਹੀ ਕਰ ਦਿੰਦਾ ਕਿਉਂਕਿ ਕਹਿਣ ਲੱਗੇ ਆਣੀਆਂ ਬੰਦੇ ਵਿੱਚ ਆ ਜਾਂਦੀ ਜਦੋਂ ਮੈਂ ਲੱਗੇ ਆਣੀਆਂ ਬੰਦੇ ਵਿੱਚ ਆ ਜਾਂਦੀ ਜਦੋਂ ਮੈਂ ਲੱਗੇ ਆਣੀਆਂ ਲਓ ਸਾਹਮਣੇ ਵਧਿਆ ਹੋਇਆ ਨਜ਼ਰ ਰੋਲੀ ਪਾਈ ਬੇਟੇ ਮਾਸਟਰ ਗੁਰਵੀਰ ਸਿੰਘ ਦਾ ਬੈਂਡਾ ਲਓ ਨੀਲੇ ਦੀ ਗੱਲ ਹੋਈ ਜਿੱਥੇ ਮਮਣੀ ਦੀ ਗੱਲ ਹੋਈ ਲਓ ਸਾਹਮਣੇ ਨੌਜਵਾਨ ਜੂਝਦਾ ਹੋਇਆ ਖੇਡ ਮੈਦਾਨ ਦੇ ਵਿੱਚ ਹਾਕਮ ਸਿੰਘ ਵਾਲਾ ਤੇ ਮੰਜੂ ਕੇ ਦੋਨੇ ਟੀਮਾਂ ਗੇਟ ਪਾਰ ਦੂਸਰੇ ਵਿੱਚ ਪੁੱਜਣ ਹਾਕਮ ਸਿੰਘ ਵਾਲਾ ਤੇ ਮੰਜੂ ਕੇ ਕੱਲ ਕਲਾਂ ਤੇ ਖੁਖਰਾਣਾ ਤੇ ਢਲੇ ਗਿਆ ਟੀਮਾਂ ਇਹ ਵੀ ਤਿਆਰੀ ਫੜ ਲੈਣ ਸਮਾਲ ਸਰ ਤੇ ਧੰਨਾ ਸ਼ੀਰ ਤਲਵੰਡੀ ਭੰਗੇਰੇ ਦੀ ਟੀਮ ਬਾਈ ਦੇ ਵਿੱਚ ਨੋਟ ਕਰ ਲਓ ਵੀਰ ਲਓ ਨਾਲ ਮਨਜਿੰਦਰ ਸਿੰਘ ਦਾ ਵੀ ਵੱਡਾ ਮਾਣ ਹੋ ਗਿਆ ਕੱਲ੍ਹ ਨੂੰ ਇਹਨਾਂ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਨੌਜਵਾਨ ਲਓ ਗੋਲੀ ਭਾਈ ਵਾਲਾ ਜੂਝਦਾ ਹੋਇਆ ਮੂਹਰੇ ਅੜ ਕੇ ਹੌਸਲਾ ਕਰਕੇ ਪੁੱਤਰਿਆ ਸਾਹ ਸਿਕਲ ਤੋਂ ਫੜ ਕੇ ਜੱਫਾ ਲਾਈ ਜਾਂਦੇ ਆ ਚੰਗੇ ਕੋਚ ਸਿਆਣੇ ਮਾਪੇ ਜੀਲ ਦਾ ਟੰਗ ਸੁਕਾਈ ਜਾਂਦੇ ਆ ਚੰਗੇ ਕੋਚ ਸਿਆਣੇ ਮਾਪੇ ਜੀਲ ਦਾ ਟੰਗ ਸੁਕਾਈ ਜਾਂਦੇ ਆ ਲਓ ਖੇਡ ਮੈਦਾਨ ਦੇ ਵਿੱਚ ਜੂਝਦਾ ਹੋਇਆ ਅਲਗੇਰੀ ਕਬਾਡੀ ਪਾਉਣ ਦੇ ਲਈ ਫਿਰ ਗੋਲੀ ਭਾਈ ਦਾ ਧੁਨ ਨਜ਼ਰ ਵੱਧਦਾ ਹੋਇਆ ਜਿਨ੍ਹਾਂ ਨੂੰ ਸਾਈਕਲ ਨਹੀਂ ਸੀ ਕਦੇ ਨਸੀਬ ਹੁੰਦਾ ਉਹਨਾਂ ਦੇ ਵੀ ਤੂੰ ਦਿਲ ਫੇਰੇ ਸੜ ਕੇ ਜਾਵਾ ਕਬਾਡੀਆਂ ਨਹੀਂ ਫੇਰੇ ਦਿਲ ਦੇ ਕੇ ਹੋਰ ਕਦੇ ਹੋ ਗਏ ਜਿਹੜੇ ਦਿੱਲੀ ਜਾਣ ਨੂੰ ਤਰਸ ਰਹੇ ਸੀ ਕੈਨੇਡਾ ਦੇ ਲਾਗੇ ਟੂਰ ਨਹੀਂ ਕਬਾਡੀਏ ਕਈਆਂ ਘਰਾਂ ਦੀ ਕਰਦੀ ਗਰੀਬੀ ਟੂਰ ਨਹੀਂ ਕਬਾਡੀਏ ਕਈਆਂ ਘਰਾਂ ਦੀ ਕਰਦੀ ਗਰੀਬੀ ਦੂਰ ਟੂਰ ਨਹੀਂ ਕਬਾਡੀਏ ਨਾਲ ਮਹਿਕ ਦੇ ਬਾਲ ਪਾਵੇਗਾ ਦਰਬਾਰ ਕਰਨ ਵਾਲਾ ਪ੍ਰਸਿੱਧ ਖਿਡਾਰਾ ਮਾਂਗੜ ਕਬਾਡੀ ਦਾ ਭਾਵੇਂ ਮਾਝੇ ਦੀ ਗੱਲ ਹੋਵੇ ਜਾਂ ਮਾਲਕ ਦੀ ਰਵਿੰਦਰ ਧਾਨੇ ਨੇ ਬਾਬਾ ਫਰੀਦ ਅਹਿਮਦ ਕਬਰ ਵਿੱਚ ਕੈਨੇਡਾ ਦੀ ਧਰਤੀ ਤੇ ਵਸਿਆ ਹੋਇਆ ਵੀਰ ਰਵਿੰਦਰ ਸਿੰਘ ਸਾਨਾ ਮੈਨੇਜਰ ਵਾਲਾ ਵੱਡੇ ਮਾਣ ਦੇ ਸੋਲੀ ਸਵਰਦੀ ਸੋਲੀ ਰੋਦਰ ਵੱਡੇ ਮਾਣ ਹੋਏ ਹੋਲੀ ਭਾਈ ਦੀ ਧਰਤੀ ਦੇ ਦਰਬਾਰ ਕਰਨ ਵਾਲੇ ਦੇ ਆਹ ਉਸ ਵੀਰ ਦਾ ਜ਼ਿਕਰ ਕਰਦੇ ਆ ਲਓ ਸਾਹਮਣੇ ਅਗਲੀ ਕਬਾਡੀ ਫਿਰ ਪੈਂਦੀ ਖੇਡ ਮੈਦਾਨ ਦੇ ਵਿੱਚ ਹਾਕਮ ਸਿੰਘ ਵਾਲਾ ਤੇ ਮੰਜੂ ਗਏ ਦੋਨੇ ਟੀਮਾਂ ਗੇਟ ਪਾਰ ਦੂਸਰੇ ਦੇ ਵਿੱਚ ਪੁੱਜਣ ਹਾਕਮ ਸਿੰਘ ਵਾਲਾ ਤੇ ਮੰਜੂ ਗਏ ਲਓ ਸਾਹਮਣੇ ਨਜ਼ਰ ਵਧਿਆ ਹੋਇਆ ਕਿ ਹਾਂ ਜੋ ਸਾਡੇ ਨਸੀਬ ਉਹਨਾਂ ਨੂੰ ਜਿਹਨਾਂ ਹਿੰਮਤ ਯਾਰ ਬਣਾਈ ਜਿਹਨੇ ਸਾਡੇ ਪ੍ਰੋਫੈਸਰ ਮੱਖਣ ਕੀਪਰ ਕਹਿੰਦੇ ਹੁੰਦੇ ਆ ਹਵਾਏ ਫੈਸਲਾ ਕਰੇਗੀ ਰੋਸ਼ਨੀ ਦਾ ਜਿਸ ਦੀਏ ਮੈਂ ਦਮ ਹੋਗਾ ਉਹ ਟਿਕ ਜਾਏਗਾ ਹਵਾਏ ਫੈਸਲਾ ਕਰੇਗੀ ਰੋਸ਼ਨੀ ਦਾ ਜਿਸ ਦੀਏ ਮੈਂ ਦਮ ਹੋਗਾ ਉਹ ਟਿਕ ਜਾਏਗਾ ਲਓ ਸਾਹਮਣੇ ਜੈਮਲ ਵਾਲੇ ਪਿੰਡ ਵਿੱਚ ਚੱਲਦੀ ਹੋਈ ਮਾਂਗੜ ਕਬਾਡੀ ਖਾਸ ਕਿਲੇ ਦੇ ਮੁਕਾਬਲੇ ਪ੍ਰਵਾਸੀ ਵੀਰਾਂ ਦੇ ਐਨਆਰ ਵੀਰਾਂ ਦੇ ਗੁਰਨਾਥ ਪੰਜਤਾ ਦੇ ਆਪਾਂ ਧੰਨਵਾਦ ਕਰਾਂਗੇ ਜੈਮਲ ਵਾਲੇ ਦੇ ਜਿੰਨੇ ਵੀ ਪ੍ਰਵਾਸੀ ਵੀਰ ਅੱਜ ਦੇ ਖੇਡ ਮੇਲੇ ਨੂੰ ਚੱਕ ਰਹੇ ਆ ਆਪਾਂ ਸਾਰੇ ਦਾਣੇ ਸੱਜਣ ਦਾ ਧੰਨਵਾਦ ਕਰਾਂਗੇ ਡਬਲਯੂ ਪੰਜਾਬ ਲਾਈਵ ਵਾਈਡਰ ਕਮਾਂਡੇ ਲਾਈਵ ਡੇਲੀ ਟੈਲੀ ਕਾਸਟ ਕੀਤਾ ਜਾ ਰਿਹਾ ਲਓ ਸਾਹਮਣੇ ਨਜ਼ਰ ਗੋਲੀ ਭਾਈ ਵਾਲਾ ਕੋਸ਼ ਕਰਦਾ ਹੋਇਆ ਰਵਿੰਦਰ ਪਾਲ ਫੈਸਲੇ ਕਰਦਾ ਹੋਇਆ ਕੀ ਪੁਆਇੰਟ ਨਜ਼ਰ ਧਾਵੀ ਹੇਸ ਜੁੜਦਾ ਹੋਇਆ
ਤਸਵੀਰ ਵੀ ਮੰਗ ਪੂਰੀ ਦੁਨੀਆ ਦੇ ਵਿੱਚ ਵਿਖਾਇਆ ਜਾ ਰਿਹਾ ਜੈਮਨ ਵਾਲੇ ਦਾ ਕਬੱਡੀ ਕੱਪ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਯਾਦ ਨੂੰ ਸਮਰਪਿਤ ਵੱਡੀਆਂ ਲੱਗੀਆਂ ਹੋਈਆਂ ਰੌਣਕਾਂ ਕੈਮਰੇ ਫੋਰਸ ਨੇ ਲਓ ਸਾਹਮਣੇ ਸਮਾਪਤ ਹੁੰਦਾ ਹੋਇਆ ਦੱਸੀ ਵੀਰ ਲਿਖ ਜੋ ਕਿ ਦੋਨਾਂ ਟੀਮਾਂ ਦੇ ਘੋਲੀਆ ਦੀ ਟੀਮ 11 ਪੁਆਇੰਟ ਲੈ ਕੇ ਜੇਤੂ ਆ ਰੋਲੀ ਭਾਈ ਦੇ 4.5 ਪੁਆਇੰਟ ਨੇ ਘੋਲੀਆ ਕਲਾ ਜੇਤੂ ਨੋਟ ਕਰ ਦਿਓ ਨਾਲ ਮੇਰਾ ਵੀਰ ਸਾਡੀ ਜ਼ਿੰਦਗੀ ਦਾ ਮਨ ਮੁੱਦਾ ਦਿਲਵਾਰ ਜੋ ਗੱਜਣ ਵਾਲਾ ਉਹ ਵੀ ਖੇਡ ਮੈਦਾਨ ਦੇ ਵਿੱਚ ਪੁੱਜੇ ਖੁਖਰਾਣਾ ਦੇ ਥੱਲੇ ਗਏ ਇਹ ਟੀਮਾਂ ਤਿਆਰੀ ਫੜ ਲੈਣ ਖੁਖਰਾਣਾ ਦੇ ਥੱਲੇ ਗਏ ਸੈਂਟਰ ਲੈਣ ਲਿਆਉਣ ਹਾਕਮ ਸਿੰਘ ਵਾਲਾ ਤੇ ਮੰਜੂ ਗਏ ਕੱਲ ਕਾਲਾ ਤੇ ਰੋਟੇ ਅਗਲੇ ਮੁਕਾਬਲੇ ਦੇ ਲਈ ਤਿਆਰੀ ਫੜ ਲੈਣ ਕੱਲ ਕਾਲਾ ਵਰਸੀ ਜ਼ਰੂਰ ਦੇ ਹਾਕਮ ਸਿੰਘ ਵਾਲਾ ਤੇ ਮੰਜੂ ਗਏ ਸੈਂਟਰ ਲੈਣ ਲਿਆਉਣ ਕੱਪੜੇ ਉਤਾਰ ਕੇ ਖੁਖਰਾਣਾ ਤੇ ਥੱਲੇ ਗਏ ਇਹ ਵੀ ਗਰਾਊਂਡ ਤੇ ਲੱਗ ਗਿਆ ਹੁਣ ਸਮਾਲ ਸਰ ਤੇ ਥੱਲੇ ਸ਼ੀਲੀਆਂ ਟੀਮਾਂ ਤਿਆਰੀ ਫੜ ਲੈਣ ਤਲਵੰਡੀ ਭੰਗੇਰੀ ਦੀ ਟੀਮ ਬਾਈ ਦੇ ਵਿੱਚ ਨੋਟ ਕਰੋ ਜਿੱਥੇ ਸੋਨੇ ਢਾਲੀ ਦਾ ਵੱਡਾ ਮਾਣ ਹੋਵੇਗਾ ਇਹਨਾਂ ਖੇਡ ਮੈਦਾਨ ਦੇ ਵਿੱਚ ਨਾਲ ਸੇਵ ਘੁਬਾਣੀ ਨੂੰ ਵੱਡੇ ਮਾਣ ਦਿੱਤੇ ਜਾਣਗੇ ਸਮੁੱਚੀ ਕਲੱਬ ਦੇ ਤਰਫੋਂ ਲੋਕ ਸਾਹਮਣੇ ਖੇਡ ਮੈਦਾਨ ਨਾਲ ਜੁੜਦੇ ਆ ਸਾਈਡਾਂ ਨੋਟ ਕਰੋ ਵੀਰ ਹਾਕਮ ਸਿੰਘ ਵਾਲੇ ਟੀਮ ਹੱਥ ਖੜਾ ਕਰੇ ਹਾਕਮ ਸਿੰਘ ਵਾਲਾ ਮੰਜੂ ਕਲੇ ਟੀਮ ਖੇਤਾਂ ਵਾਲੀ ਸਾਈਡ ਆ ਚੋਟੀਆਂ ਵਾਲੀ ਸਾਈਡ ਤੇ ਹਾਕਮ ਸਿੰਘ ਵਾਲੀ ਟੀਮ ਸੜਕ ਵਾਲੀ ਸਾਈਡ ਆ ਲਓ ਸਾਹਮਣੇ ਪਹਿਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਚਾਰ ਜਾਫੀ ਨੇ ਲਓ ਸਾਹਮਣੇ ਦੂਸਰੇ ਪਾਸੇ ਚਾਰ ਜਾਫੀ ਨੇ ਲੋਕ ਕਿਹੜਾ ਨੌਜਵਾਨ ਕੋਸ਼ ਕਰੇਗਾ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ ਮੁਕਾਬਲਾ ਤੇ ਪੁਆਇੰਟ ਨੌਜਵਾਨ ਧਾਵੀ ਦੇ ਫੇਸ ਤੇ ਜੁੜਦਾ ਹੋਇਆ ਹੈਲੋ ਅੱਜ ਵੀਰ ਜੀ ਕੁਝ ਮਾਨ ਸਨਮਾਨ ਜਿਹੜੇ ਕੀਤੇ ਜਾਂਦੇ ਸਟੇਜ ਦੇ ਉੱਤੋਂ ਬੇਨਤੀ ਕਰੂੰਗਾ ਮੈਂ ਸਰਦਾਰ ਸੂਬਾ ਸਜੀ ਸਰਪੰਚ ਸਾਹਿਬ ਲਈ ਜੋ ਸਟੇਜ ਤੇ ਪਹੁੰਚਣ ਉਹਨਾਂ ਦੀ ਜੋ ਅਗਵਾਈ ਹੋ ਕੇ ਆਪਾਂ ਸਬੰਧੀ ਗ੍ਰਾਮ ਪੰਚਾਇਤ ਸਾਰੀ ਸਬੰਧੀ ਟੂਰਨਾਮੈਂਟ ਕਮੇਟੀ ਤੇ ਪ੍ਰਬੰਧਕ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜੇ ਮਾਨ ਸਨਮਾਨ ਸਟੇਜ ਦੇ ਉੱਤੋਂ ਕਰਨ ਜਾ ਰਹੇ ਆ ਮੈਂ ਬੇਨਤੀ ਕਰੂੰਗਾ ਸਰਦਾਰ ਗੁਰਦਾਸ ਸਿੰਘ ਜੀ ਪ੍ਰਧਾਨ ਸਾਬਕਾ ਸਰਪੰਚ ਜਿਨ੍ਹਾਂ ਦੇ ਵੱਲੋਂ ਕਮੇਟੀ ਸਰ ਦੇ ਦਿੱਤਾ ਜਾਣ ਲਈ ਜਾ ਕੇ ਆਪਣਾ ਮਾਨ ਸਨਮਾਨ ਲਓ ਜੀ ਸਟੇਜ ਦੇ ਉੱਤੋਂ ਲਓ ਸਾਹਮਣੇ ਖੇਡ ਮੈਦਾਨ ਚ ਵਧਿਆ ਹੋਇਆ ਨੌਜਵਾਨ ਮੰਜੂਗੇ ਦੀ ਧਰਤੀ ਨੰਬਰਦਾਰ ਦਾ ਪਿੰਡ ਲਓ ਸਾਹਮਣੇ ਨੌਜਵਾਨ ਖੇਡ ਮੈਦਾਨ ਵਿੱਚ ਕੋਸ਼ ਕਰਦਾ ਹੋਇਆ ਜੱਫਾ ਲਾਉਣ ਦੀ ਲਓ ਸਾਹਮਣੇ ਦੋਨਾਂ ਟੀਮਾਂ ਦੇ ਵਿਚਕਾਰ ਚੱਲਦਾ ਹੋਇਆ ਮੁਕਾਬਲਾ ਆਪਣੇ ਦੰਦ ਚੀਰ ਦੀ ਕੰਧ ਬੜੀ ਮਜ਼ਬੂਤੀ ਹੁੰਦੀ ਆ ਜਦੋਂ ਮੈਚ ਟੁੱਟੀ ਕੈਂਚੀ ਤੇ ਕੱਲ ਖਸੂਸੀ ਕਰ ਗਿਆ ਨੌਜਵਾਨ ਹਾਕਮ ਸਿੰਘ ਵਾਲੀਆ ਖੇਡ ਮੈਦਾਨ ਦੇ ਵਿੱਚ
ਬਲਗੇਰੀ ਕਬੱਡੀ ਫਿਰ ਪੈਂਦੀ ਖੇਡ ਮੈਦਾਨ ਵਿੱਚ ਜਿਹਾ ਚਿਹਰਾ ਵਿੱਚ ਹੰਝੇ ਤੋਂ ਦੱਸਦੇ ਚੜ ਜਾਂਦਾ ਚਾਹ ਜਦੋਂ ਖਿਡਾਰੀ ਵਿੱਚ ਦੱਸਦੇ ਚਾਹ ਬਲਹਾਰੀ ਜਿਹੜੇ ਕਾਢੇ ਦੀ ਕੱਢੀ ਆ ਖੇਡਣੀ ਕਬੱਡੀ ਜਰਾ ਖੇਡਣੀ ਕਬੱਡੀ ਆ ਔਰ ਚਾਰ ਜਾਫੀ ਨੇ ਪੰਜਾਬੀ ਵੀਰੋ ਕੈਮਰੇ ਫੋਰਸ ਨੇ ਖੇਡ ਮੈਦਾਨ ਵਿੱਚ ਨਾਲ ਪਹੁੰਚਾਏ ਲਾਈਵ ਡੋਰ ਕਮਲ ਵੀਰ ਡਬਲਯੂਡਬਲਯੂ ਫਾਈਟ ਵੇਲੇ ਚੜ ਕੇ ਪੂਰੀ ਦੁਨੀਆਂ ਦੇ ਵਿੱਚ ਆਈ ਆਈ ਲਾਈਵ ਟੈਲੀਕਾਸਟ ਵਿਖਾਇਆ ਜਾ ਰਿਹਾ ਲਓ ਸਾਹਮਣੇ ਖੇਡ ਮੈਦਾਨ ਵਿੱਚ ਨੌਜਵਾਨ ਪੁਆਇੰਟ ਪ੍ਰਾਪਤ ਕਰਦਾ ਹੋਇਆ ਅਗਲੀ ਕਬੱਡੀ ਦੌੜ ਦੇ ਲਈ ਮੰਜੂਗਾ ਤੱਕ ਫਿਰ ਵਾਧਾ ਹੋਇਆ ਨੌਜਵਾਨ ਖੇਡ ਮੈਦਾਨ ਦੇ ਵਿੱਚ ਕੱਲ ਕਲਾਂ ਦੇ ਰੋਡੇ ਦੋਨੇ ਟੀਮਾਂ ਵੇਟ ਫਾਰ ਬੂਸ ਦੇ ਵਿੱਚ ਪੁੱਜਣ ਕੱਲ ਕਲਾਂ ਦੇ ਰੋਡੇ ਖੁਸਰਾਣਾ ਦੇ ਚੱਲੇ ਗਏ ਲਓ ਸਾਹਮਣੇ ਵਧਿਆ ਹੋਇਆ ਖੇਡ ਮੈਦਾਨ ਵਿੱਚ ਨੌਜਵਾਨ ਤੂੜਾ ਕੱਢੀ ਜਾਂਦੇ ਆ ਜਿਹਨਾਂ ਕਦਮਾਂ ਦਾ ਪੀਤਾ ਲੋਕੋ ਖੜ੍ਹ ਸੌਖੇ ਨੇ ਲੱਖਾਂ ਤੁਲਾ ਦੇ ਕਰ ਜੀਤਾ ਉਹਨਾਂ ਮਹਾਨ ਖਿਡਾਰੀਆਂ ਦੀ ਗੱਲ ਲਓ ਸਾਹਮਣੇ ਕਾਢ ਕਿਲੋ ਦੇ ਮੁਕਾਬਲੇ ਚੱਲਦੇ ਹੋਏ ਖੇਡ ਮੈਦਾਨ ਵਿੱਚ ਕੱਲ ਨੂੰ ਦੁਨੀਆਂ ਦੇ ਪ੍ਰਸਿੱਧ ਖਿਡਾਰੀ ਪੁੱਜਣਗੇ ਕਾਲੂ ਸੂਲ ਸੂਟ ਦੇ ਧਰਤੀ ਜਾਵੇਗਾ ਸੇਵ ਭਾਣੇ ਦਾ ਮੰਗਲ ਕਾਲੀ ਦੇ ਸੂਲ ਨਾਲ ਗੱਲ ਵੀ ਪੁੱਜੇਗਾ ਆਪਾਂ ਸਾਰੇ ਖਿਡਾਰੀਆਂ ਦਾ ਖਿਡਾਰੀ ਹੁੰਦਾ ਤਕੜਾ ਜਾਂ ਤਕੜਾ ਨੀ ਘਰੇ ਕੰਮ ਦਾ ਜਿਹੜਾ ਬੰਦਾ ਰਾਤੋ ਰਾਤ ਬਲ ਨੂੰ ਸਿਰੇ ਸਰਕਾਰ ਰਹਿੰਦਾ ਨੀ ਕਿਸੇ ਕੰਮ ਦਾ ਲੀਲਾ ਵਾਲਾ ਮੋਹਣਾ ਗੱਲ ਸੱਚ ਲੱਗਦਾ ਹੌਲੀ ਹੌਲੀ ਬੰਦਾ ਪੌੜੀ ਚੜ ਨੀ ਸਕਦਾ ਹੌਲੀ ਹੌਲੀ ਬੰਦਾ ਪੌੜੀ ਚੜ ਨੀ ਸਕਦਾ ਨੌਜਵਾਨ ਭਾਵੀ ਦੇ ਹਿੱਸੇ ਜੁੜਦਾ ਹੋਇਆ ਸਮੇਂ ਦੀ ਬਾਤ ਹੋਵੇਗੀ ਕਿਹੜੇ ਕਿੰਨੇ ਚੱਫੇ ਲਾਏ ਕਿਹੜੇ ਕਿੰਨੇ ਧਾਵੇ ਬੋਲੇ ਕਿਹੜੀ ਟੀਮ ਜਿੱਤੂਗੀ ਜਿੱਤਣ ਜਿੱਤਣ ਕਰਦਾ ਹੈ ਕਦੇ ਹਾਰ ਵੀ ਮਨ ਸੁਰੀਰਾ ਜਿੱਤਣ ਦਾ ਮੁੱਲ ਕੌਡੇ ਪੈਂਦਾ ਤੇ ਹਾਰ ਦਾ ਮੁੱਲ ਹੀਰਾ ਕੱਲ ਕਲਾਂ ਤੇ ਰੋਡੇ ਦੋਨੇ ਟੀਮਾਂ ਵੇਟ ਫਾਰ ਬੂਸ ਦੇ ਵਿੱਚ ਪੁੱਜਣ ਕੱਲ ਕਲਾਂ ਤੇ ਰੋਡੇ ਲਓ ਸਾਹਮਣੇ ਪੈਂਦੀ ਉਹ ਕਬੱਡੀ ਤੇ ਚਾਰ ਜਾਫੀ ਨੇ ਲਓ ਦਿਸ ਨੌਜਵਾਨ ਇੱਕ ਨੰਬਰ ਤੋਂ ਕੋਈ ਸ਼ਿਕਾਰਦਾ ਹੋਇਆ ਕਦੇ ਧਾਕ ਮਾਰੇ ਕਦੇ ਮਾਰੇ ਟੋਪੀ ਕਦੇ ਖਿੱਚਕੇ ਪੱਟਾਂ ਨੂੰ ਆਉਂਦਾ ਹੈ ਮੇਰ ਦਿਲ ਦੀ ਲਿਖੀ ਹੋਈ ਗੱਲ ਕਿਹੜੇ ਜਾਫੀ ਦੇ ਹੁੰਦੇ ਲੋਕ ਸਮੇਂ ਦੀ ਬਾਤ ਹੋਵੇਗੀ ਜਲੰਧਰ ਦੀ ਧਰਤੀ ਸੰਸਾਰਪੁਰ ਦਾ ਹੇਰਗਾ ਖੇਡ ਮੈਦਾਨ ਵਿੱਚ ਚੱਲਦੇ ਹੋਏ ਮੁਕਾਬਲੇ ਕੱਲ ਕਲਾਂ ਦੇ ਰੋਡੇ ਦੋਨੇ ਟੀਮਾਂ ਵੇਟ ਫਾਰ ਬੂਸ ਦੇ ਵਿੱਚ ਪੁੱਜਣ ਕੱਪੜੇ ਉਤਾਰ ਕੇ ਖੇਡ ਮੈਦਾਨ ਦੇ ਵਿੱਚ ਪੁੱਜਣ ਲਓ ਸਾਹਮਣੇ ਵਧਿਆ ਹੋਇਆ ਨੌਜਵਾਨ ਦੂਸਰੇ ਪਾਸੇ ਚਾਰ ਜਾਫੀ ਨੇ ਲਓ ਕਿਹੜਾ ਨੌਜਵਾਨ ਕੋਸ਼ ਕਰੇਗਾ ਲਓ ਚਾਰ ਨੰਬਰ ਤੋਂ ਖੇਡ ਮੈਦਾਨ ਵਿੱਚ ਕੋਸ਼ ਕਰਦਾ ਹੋਇਆ ਨੌਜਵਾਨ ਜਾਫੀ ਇਹ ਪੁਆਇੰਟ ਭਾਵੀ ਹਿੱਸ ਜੁੜਦਾ ਹੋਇਆ 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 ਕੱਲ ਕਲਾਂ ਦੇ ਰੋਡੇ ਦੋਨੇ ਟੀਮਾਂ ਨੂੰ ਆਖਰੀ ਕਾਲ ਆ ਕੱਲ ਕਲਾਂ ਦੇ ਰੋਡੇ ਦੋਨੇ ਟੀਮਾਂ ਵੇਟ ਫਾਰ ਹਾਂਜੀ ਸਰਕਾਰ ਤੋਂ ਪਾਸੇ ਦੀ ਪ੍ਰਧਾਨ ਸਾਡੇ ਵੀਰ ਜੀ ਜਿੱਥੇ ਵਾਸਤਵ ਦੇ ਸਟੇਜ ਤੇ ਪਹੁੰਚੇ ਨੇ ਉਹਨਾਂ ਨੂੰ ਪ੍ਰਬੰਧ ਜੀ ਦੀ ਯਾਦ ਕਰਦੇ ਹਾਂ ਮਾਨ ਸਨਮਾਨ ਜਿਹੜੇ ਕਰਦੇ ਨੇ ਪਲੀਜ਼ ਭਾਈ ਪ੍ਰੋਫੈਸਰ ਜੀ ਪ੍ਰਧਾਨ ਜਿੱਥੇ ਮੇਰੀ ਵਾਸਤਵ ਦੇ ਸਟੇਜ ਤੇ ਆ ਜਾਓ ਨਾਲ ਸਾਡਾ ਸਾਥ ਦੇ ਰਿਹਾ ਮੇਰੇ ਬਿੰਦਰ ਜੀ ਮਿਸ਼ਰੀ ਵਾਲਿਆ ਠੇਕੇਦਾਰ ਆ ਪਾਊਗਾ ਵਿੱਚ ਮਾਲ ਕਰਦੇ ਆ ਲਓ ਖੇਡ ਮੈਦਾਨ ਵਿੱਚ ਨੌਜਵਾਨ ਜਾਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਜਿਹੜੇ ਪਿੰਡ ਪਾਲ ਸਿੰਘ ਸਹੌਰ ਦੀ ਧਰਤੀ ਲਓ ਹੋਰ ਨਾਲ ਦੇ ਏਰੀਆ ਫੈਸਲੇ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਪੁਆਇੰਟ ਨੌਜਵਾਨ ਜਾਫੀ ਹਿੱਸੇ ਜੁੜਦਾ ਹੋਇਆ ਸੂਬਾ ਸਿੰਘ ਦੇ ਵੱਡਾ ਮਾਨ ਦਾਸ ਨੂੰ ਜਦੋਂ ਮੈਂ ਕੌਲ ਕੀਤੀ ਤੇ ਵੱਡੇ ਮਾਨ ਦੇ ਨਾਲ ਸਾਡੇ ਪਸੌਰ ਸਿੰਘ ਜੀ ਨਾਲ ਸਾਡੇ ਸਾਰੇ ਸਰਕਾਰ ਜੋ ਸੱਜਣ ਦਾ ਆਪਾਂ ਧੰਨਵਾਦ ਕਰਦੇ ਲਓ ਖੇਡ ਮੈਦਾਨ ਵਿੱਚ ਦੂਸਰੇ ਪਾਸੇ ਚਾਰ ਜਾਫੀ ਨੇ ਲਓ ਕਿਹੜਾ ਨੌਜਵਾਨ ਕੋਸ਼ ਕਰੇਗਾ ਖੇਡ ਮੈਦਾਨ ਵਿੱਚ ਹਾਜ ਫਤਿਹ ਨਸੀਬ
ਜੀ ਬਣਨ ਜਿਨ ਹਿੰਮਤ ਯਾਰ ਬਣਾਈ ਲੋ ਚਾਰ ਜਾਫੀ ਨੇ ਭਾਜਣਾ ਪਾਈ ਫਿਰਦਾ ਨੌਜਵਾਨ ਖੇਡ ਮੈਦਾਨ ਵਿੱਚ ਲੋ ਹਲਕਾ ਟੱਚ ਕਰਕੇ ਬਾਲ ਸਾਹ ਵਰਤਦਾ ਹੋਇਆ ਜਿਵੇਂ ਪੁਆਇੰਟ ਨੌਜਵਾਨ ਸਾਬਿਤ ਫਿਰ ਸੇ ਜੁੜਦਾ ਹੋਇਆ ਕੱਲ ਤਾਂ ਦੇ ਰੋਡ ਦੀਆਂ ਟੀਮਾਂ ਵੇਖ ਵਾਰ ਦੂਸਰੇ ਵਿੱਚ ਪੁੱਜਣ ਕੱਲ ਤਾਂ ਦੇ ਰੋਡ ਸਿੰਘ ਉਹਨੇ ਸਾਂਝੇ ਫੈਸਲੇ ਕਰਦੇ ਪੁਆਇੰਟ ਨੌਜਵਾਨ ਭਾਵੇਂ ਹੋਸ ਜੋੜਦਾ ਹੋਇਆ ਇੱਕ ਪਾਸੇ ਵੀਲਾ ਤੇ ਕਰਮਾ ਚੱਕਰ ਦੀ ਧਰਤੀ ਦਾ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਆ ਜਿੱਥੇ ਪਾਕਿਸਤਾਨ ਦੀ ਧਰਤੀ ਤੇ ਕਬੱਡੀ ਖੇਡੀ ਕੈਨੇਡਾ ਦੇ ਖੇਡ ਦਾ ਵੱਡਾ ਮਾਣ ਮਿਲਿਆ ਇਹਨਾਂ ਵੀਰਾਂ ਦਾ ਵੀ ਆਪਾਂ ਜ਼ਿਕਰ ਕਰਦੇ ਹਾਂ ਲੋ ਖੇਡ ਮੈਦਾਨ ਵਿੱਚ ਵਧਿਆ ਹੋਇਆ ਰੱਖਣ ਕਰਦਾ ਚੋੜੀ ਸਿੱਧੜੀ ਹੁੰਦਾ ਬਾਹਰ ਲੱਸੀ ਤੇ ਕਹਾਉਂਦਾ ਏ ਕਾਮਯਾਬੀਆਂ ਵੇਖ ਜਮਾਨਾ ਕਿੱਥੇ ਸੁੱਖ ਮਨਾਉਂਦਾ ਏ ਲੰਘੇ ਵਾਲੀਆਂ ਚੋੜੀਆਂ ਚੋਪਾ ਲਾਉਂਦੇ ਥੱਕਦੇ ਨੀ ਜਦ ਗੁੱਡੀ ਚੜ੍ਹਜੇ ਅੰਬਰੀ ਫਿਰ ਇਹੀ ਲੋਕ ਸਲਾਹੁੰਦੇ ਥੱਕਦੇ ਨੀ ਜਦ ਗੁੱਡੀ ਚੜ੍ਹਜੇ ਅੰਬਰੀ ਫਿਰ ਇਹੀ ਲੋਕ ਸਲਾਹੁੰਦੇ ਥੱਕਦੇ ਨੀ ਲਓ ਸਾਹਮਣੇ ਪੈਂਦੀ ਹੋਈ ਕਬੱਡੀ ਦੇ ਨਾਲ ਮੇਰੇ ਵੀਰ ਤਲਵਾਰ ਕੱਚਣ ਵਰਗਾ ਉਹ ਵੀ ਮੈਚ ਦੇ ਆਖਿਰ ਕਬੱਡੀ ਦੀ ਬਾਲ ਪਾਵੇਗਾ ਲਓ ਸਾਹਮਣੇ ਜਦੋਂ ਮੁਕਾਬਲਾ ਸਮਾਪਤ ਹੋਵੇਗਾ ਦਰਸ਼ਕਾਂ ਦੇ ਨਾਲ ਪਾਣੀ ਦਾ ਲੇਖਾ ਜੋਖਾ ਸਾਂਝੇ ਕਰਾਂਗੇ ਲਓ ਸਾਹਮਣੇ ਵਧਿਆ ਹੋਇਆ ਨੰਬਰ ਖੇਡ ਮੈਦਾਨ ਦੇ ਵਿੱਚ ਵੇਲੇ ਉੱਤੇ ਸਾਊਦੀ ਦੇ ਖਿਡਾਰੀਆਂ ਲਈ ਨਿਤ ਆਉਣ ਦੀ ਨਵੀਂ ਸਵੇਰ ਮੀਆਂ ਸ਼ਾਂਤ ਦੇਖ ਲਓ ਕਾਸ਼ਨੀ ਚੋਪੜਾ ਦੇ ਕਿਵੇਂ ਸ਼ਾਤੀ ਦੇ ਸਰਵਾਈ ਦੇ ਬੱਬਰ ਸ਼ੇਰ ਮੀਆਂ ਮਾਂ ਬਾਪੀਆਂ ਦੇਖ ਵਿਰੋਧੀਆਂ ਨੂੰ ਕਬੱਡੀ ਖੇਡਦਿਆਂ ਮਰਦ ਦਲੇਰ ਮੀਆਂ ਕਬੱਡੀ ਖੇਡਦਿਆਂ ਮਰਦ ਦਲੇਰ ਮੀਆਂ ਅੱਜ ਇਸ ਸਟੇਜ ਤੋਂ ਜਿਹੜੇ ਮਾਨ ਸਨਮਾਨ ਮੇਰੇ ਵੀਰੋ ਕਰਨ ਜਾ ਰਹੇ ਆ ਸਤਿਕਾਰਯੋਗ ਸਾਡੇ ਵੀਰ ਜਿਹਨਾਂ ਦੇ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਪਲੀਜ਼ ਜਿਸ ਤਰ੍ਹਾਂ ਦੇ ਨਾਮ ਬੋਲੇ ਜਾਣਗੇ ਸਾਰੇ ਵੀਰ ਆ ਕੇ ਆਪੋ ਆਪਣੇ ਮਾਨ ਸਨਮਾਨ ਜਿਹੜੇ ਸਟੇਜ ਤੋਂ ਲੈ ਲਓ ਸਭ ਤੋਂ ਪਹਿਲਾਂ ਬੇਨਤੀ ਕਰਾਂਗੇ ਸਰਦਾਰ ਗੁਰਚਾਰ ਸਿੰਘ ਜੀ ਪ੍ਰਧਾਨ ਸਾਬਕਾ ਸਰਪੰਚ ਪਲੀਜ਼ ਉਹ ਆ ਕੇ ਸਟੇਜ ਤੇ ਆਪਣਾ ਮਾਨ ਸਨਮਾਨ ਲੈ ਉਸ ਤੋਂ ਅੱਗੇ ਮਨਜੀਤ ਪਾਲ ਸਿੰਘ ਜੀ ਸੇਠੀ ਸਤੀਸ਼ ਕੁਮਾਰ ਸੇਠੀ ਪਲੀਜ਼ ਉਹ ਵੀ ਆ ਕੇ ਸਟੇਜ ਤੇ ਆਪਣਾ ਮਾਨ ਸਨਮਾਨ ਲੈਣਗੇ ਅਮਰ ਸਿੰਘ ਜੀ ਪਠਾਨਗੜ੍ਹ ਉਸ ਤੋਂ ਅੱਗੇ ਬਲਵੀਰ ਸਿੰਘ ਜੀ ਪਠਾਨਗੜ੍ਹ ਪਲੀਜ਼ ਇਹ ਵੀ ਆ ਕੇ ਆਪਣਾ ਮਾਨ ਸਨਮਾਨ ਲੈ ਸਰਦਾਰ ਗੁਰਦੀਪ ਸਿੰਘ ਜੀ ਡਰਾਈਵਰ ਪਲੀਜ਼ ਉਹ ਵੀ ਆਪਣਾ ਜਿਹੜਾ ਮਾਨ ਸਨਮਾਨ ਆ ਕੇ ਲੈ ਲਓ ਮਾਨ ਸਨਮਾਨ ਜਿਹੜੇ ਕੀਤੇ ਜਾ ਰਹੇ ਸਟੇਜ ਦੇ ਉੱਤੇ ਪਲੀਜ਼ ਸਰਦਾਰ ਗੁਰਚਾਰ ਸਿੰਘ ਜੀ ਪ੍ਰਧਾਨ ਸਾਬਕਾ ਸਰਪੰਚ ਉਹ ਵੀ ਪਲੀਜ਼ ਆ ਕੇ ਆਪਣਾ ਮਾਨ ਸਨਮਾਨ ਲਓ ਜੀ ਅਮਰ ਸਿੰਘ ਜੀ ਪਠਾਨਗੜ੍ਹ ਸਰਦਾਰ ਬਲਵੀਰ ਸਿੰਘ ਜੀ ਪਠਾਨਗੜ੍ਹ ਸਰਦਾਰ ਗੁਰਜੀਤ ਸਿੰਘ ਜੀ ਡਰਾਈਵਰ ਪਲੀਜ਼ ਇਹ ਵੀਰ ਆ ਕੇ ਆਪਣੇ ਮਾਨ ਸਨਮਾਨ ਦੇ ਸਟੇਜ ਤੋਂ ਪ੍ਰਾਪਤ ਕਰ ਲਓ ਸਵਰਗ ਵਾਸੀ ਚਮਕੌਰ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਹੋਈ ਪਲੀਜ਼ ਆਪਣਾ ਮਾਨ ਸਨਮਾਨ ਲਵੇ ਸਰਦਾਰ ਗੋਰਾ ਸਿੰਘ ਜੀ ਗੱਲ ਬੀਜ ਬੋਰਡ ਵਾਲੇ ਪਲੀਜ਼ ਉਹ ਆਪਣਾ ਮਾਨ ਸਨਮਾਨ ਲਓ ਜੀ ਸਰਦਾਰ ਧਰਮ ਸਿੰਘ ਜੀ ਮੈਂਬਰ ਸਰਜੀਤ ਸਿੰਘ ਜੀ ਸਰਾਜ ਯੂ ਐਸ ਏ ਪਲੀਜ਼ ਉਹ ਆਪਣਾ ਮਾਨ ਸਨਮਾਨ ਲਓ ਸਰਦਾਰ ਅਵਤਾਰ ਸਿੰਘ ਜੀ ਤਾਰੀ ਅਵਤਾਰ ਸਿੰਘ ਜੀ ਤਾਰੀ ਵੀ ਆ ਕੇ ਪਲੀਜ਼ ਆਪਣਾ ਮਾਨ ਸਨਮਾਨ ਲੈਣਗੇ ਦਰਸ਼ਕ ਸਿੰਘ ਜੀ ਬਰਾੜ ਸਾਹਿਬ ਪਲੀਜ਼ ਉਹ ਵੀ ਆ ਕੇ ਆਪਣਾ ਮਾਨ ਸਨਮਾਨ ਲਓ ਜੀ ਸਰਵਣ ਸਿੰਘ ਜੀ ਹੌਲਦਾਰ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇੱਥੇ ਬੈਠਾ ਹੋਵੇ ਤਾਂ ਪਲੀਜ਼ ਆਪਣਾ ਮਾਨ ਸਨਮਾਨ ਲਵੇ ਸਤਾਰ ਸਿੰਘ ਜੀ ਆ ਕੇ ਆਪਣਾ ਪਲੀਜ਼ ਮਾਨ ਸਨਮਾਨ ਲਓ ਜੀ
ਜਾਪਰ ਸਿੰਘ ਜੀ ਕਮੇਟੀ ਵੱਲ ਪਲੀਜ਼ ਹੋਈ ਆ ਕੇ ਆਪਣਾ ਮਾਣ ਸਨਮਾਨ ਲੈ ਲਓ। ਸਮਾਜ ਵਾਸਤੇ ਬਲਵਿੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਹੋਵੇ ਤਾਂ ਪਲੀਜ਼ ਆਪਣਾ ਮਾਣ ਸਨਮਾਨ ਲਵੇ। ਸਮਾਜ ਵਾਸੀ ਪੱਪਾ ਸਿੰਘ ਜੀ ਦਾ ਪ੍ਰਧਾਨ ਰਣਜੀਤ ਸਿੰਘ ਜੀ ਸਾਡਾ ਵੀਰ ਪਲੀਜ਼ ਹੋਈ ਆ ਕੇ ਆਪਣਾ ਮਾਣ ਸਨਮਾਨ ਲੈਣਗੇ। ਭਾਈ ਪੱਪਾ ਨੰਬਰਦਾਰ ਜੀ ਉਹਨਾਂ ਦਾ ਸਵਰਗੀ ਮਹਿਰੂਮ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਹੋਵੇ ਤਾਂ ਪਲੀਜ਼ ਆਇਆ ਕੇ ਆਪਣਾ ਮਾਣ ਸਨਮਾਨ ਲਵੇ। ਭਾਈ ਪੱਪਾ ਸਾਡਾ ਵੀਰ ਪਲੀਜ਼ ਆ ਕੇ ਆਪਣਾ ਮਾਣ ਸਨਮਾਨ ਲਓ ਜੀ। ਸਵਰਗੀ ਜਗਰਾਜ ਸਿੰਘ ਜੀ ਰਾਜਾ ਤਰਸੇਵ ਕੁਮਾਰ ਸ਼ਰਮਾ ਜੀ ਸਵਾਰਗਵਾਸੀ ਪੱਪਾ ਸਿੰਘ ਜੀ ਨੰਬਰਦਾਰ ਭਾਈ ਸਾਡਾ ਵੀਰ ਪੱਪਾ ਜੀ ਆ ਕੇ ਪਲੀਜ਼ ਆਪਣਾ ਮਾਣ ਸਨਮਾਨ ਲੈਣ ਜੀ। ਕੱਲ ਤਲਾਂ ਦੇ ਰੂਟੇ ਦੋਵੇਂ ਟੀਮਾਂ ਜਦੋਂ ਮੁਕਾਬਲਾ ਸਮਾਪਤ ਹੋ ਗਿਆ ਵੇਟ ਫਾਰ ਦੂਸਰੇ ਵਿੱਚ ਕੱਪੜੇ ਉਤਾਰ ਕੇ ਮੱਥਾ ਟੇਕ ਕੇ ਗਰਾਊਂਡ ਵਿੱਚ ਪੁੱਜਣਾ ਮੇਰੇ ਵੀਰ। ਕੱਲ ਤਲਾਂ ਦੇ ਰੂਟੇ ਹਾਂਜੀ ਸਵਾਰਗਵਾਸੀ ਪੱਪਾ ਸਿੰਘ ਨੰਬਰਦਾਰ ਰਾਣਾ ਤੇ ਚੱਲੇ ਗਏ ਸਮਾਨ ਸਰ ਪਤਾਨਾ ਸ਼ਹੀਦ। ਭਾਈ ਪੰਮਾ ਜੀ ਆ ਕੇ ਆਪਣਾ ਮਾਣ ਸਨਮਾਨ ਲਓ ਜੀ। ਇਸ ਤੋਂ ਅੱਗੇ ਮੈਂ ਬੇਨਤੀ ਕਰੂੰਗਾ ਸਰਦਾਰ ਗੁਰਦਾਸ ਸਿੰਘ ਜੀ ਪ੍ਰਧਾਨ ਸਾਬਕਾ ਸਰਪੰਚ ਜਾਮਣਵਾਲਾ ਪਲੀਜ਼ ਆ ਕੇ ਆਪਣਾ ਮਾਣ ਸਨਮਾਨ ਲਓ ਜੀ। 5500 ਇਹਨਾਂ ਵੱਲੋਂ ਦਿੱਤਾ ਗਿਆ। ਹਰਜੀਤ ਕੌਰ ਸੇਠੀ ਜੀ ਪਲੀਜ਼ ਆ ਕੇ ਆਪਣਾ ਮਾਣ ਸਨਮਾਨ ਲਓ। ਸਤੀਸ਼ ਕੁਮਾਰ ਸੇਠੀ ਜੀ ਇਹਨਾਂ ਨੂੰ ਬੇਨਤੀ ਕਰਦੇ ਹਾਂ। ਬਿੰਦਰਵੀਰ ਮੰਜੂ ਕੇ ਜੇਤੂ ਨੋਟ ਕਰਾ ਦੇ ਥੇ ਸਟੇਜ ਤੇ ਮੰਜੂ ਕੇ ਟੀਮ ਜੇਤੂ ਹੋਆ ਇਸ ਮੁਕਾਬਲੇ ਚੋਂ ਤੇ ਅਗਲੀ ਮੈਚ ਦੇ ਬਾਅਦ ਵਾਪਸ ਮਿਲਦੇ ਨੇ। ਦਿਲਬਾਗ ਗੱਜਣ ਵਾਲਾ ਪ੍ਰਸਿੱਧ ਬੁਲਾਰਾ ਕਾਸਰੇ ਨਾਲ ਭਰਾਵਾਂ ਵਾਲਾ ਪਿਆਰ ਆ ਦਿਲਬਾਗ ਗੱਜਣ ਵਾਲਾ। ਅਮਰ ਸਿੰਘ ਜੀ ਪਠਾਨਗੜ੍ਹ ਪਲੀਜ਼ ਹੋਈ ਆ ਕੇ ਆਪਣਾ ਮਾਣ ਸਨਮਾਨ ਜਿਹੜਾ ਸਟੇਜ ਤੋਂ ਲੈਣਗੇ। ਬਲਵੀਰ ਸਿੰਘ ਜੀ ਪਠਾਨਗੜ੍ਹ ਉਹਨਾਂ ਨੂੰ ਬੇਨਤੀ ਕਰਦੇ ਆ। ਸਰਦਾਰ ਗੁਰਦੀਪ ਸਿੰਘ ਜੀ ਡਰਾਈਵਰ ਜਗਤਾਰ ਸਿੰਘ ਜੀ ਸਵਾਰਗਵਾਸੀ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਪਲੀਜ਼ ਆਪਣਾ ਮਾਣ ਸਨਮਾਨ ਲਓ ਜੀ। ਬੋਰਾ ਸਿੰਘ ਜੀ ਗੱਲ ਬੀਜੀ ਬੋਰਡ ਧਰਮ ਸਿੰਘ ਜੀ ਮੈਂਬਰ ਪੰਚਾਇਤ ਸਰਦੀਪ ਸਿੰਘ ਜੀ ਸਰਾਂ ਯੂ ਐਸ ਸੀ ਇਹ ਸਾਰੇ ਸੱਜਣ ਆ ਕੇ ਸਟੇਜ ਤੋਂ ਆਪਣੇ ਮਾਣ ਸਨਮਾਨ